ਕ੍ਰਿਟੀਰੀ ਆ ਬੰਦਾ ਕ੍ਰਿਟੀਰੀ ਨੂੰ ਭਲੇਖਾ ਹੁੰਦਾ ਲੱਤਾਂ ਤਾਂ ਕਰਕੇ ਖੜ ਜਾਂਦੀ ਐ ਵੀ ਸ਼ਾਇਦ ਅਸਮਾਨ ਮੇਰਾ ਹੀ ਢਲਿਆ ਇਹ ਨਹੀਂ ਸਮਝ ਆਈ ਵੀ ਉਹਦੀਆਂ ਮਿਰਚਾਂ ਕਿਸ ਗੱਲ ਦੀਆਂ ਲੱਗੀਆਂ ਤੇ ਜੇ ਕਿਸੇ ਨੇ ਪਿਛੋਕੜ ਦੱਸਦਾ ਵੀ ਤੂੰ ਟੈਂਪੂ ਚ ਚਲਾਉਂਦਾ ਰਿਆ ਜਾਂ ਤੇਰੇ ਬਾੜੇ ਚ ਭੇਡਾਂ ਰੱਖੀਆਂ ਸੀ ਭੇਡਾਂ ਚਾਰਦਾ ਰਿਆ ਤੇ ਕੀ ਮਾੜੀ ਗੱਲ ਐ ਫਕਰ ਸਰ ਤੋਂ ਕਿਦਰ ਭੇ ਤਈਓ ਤਿੰਨ ਪੈਰਾਂ ਪਈਆਂ ਵਾਲਾ ਘੁੜਕਾ ਚਲਾਉਂਦਾ ਹੁੰਦਾ ਸੀ ਡਾਕਟਰ ਬਹਿ ਕੇ ਕਰਦਾ ਕੀਤਾ ਕੀ ਹੁਣ ਤੱਕ ਸ਼ੁਕਲੀਆਂ ਮਹਾਰਤ ਕਾਦੇ ਚ ਹੈ ਸ਼ੁਕਲੀਆਂ ਜੁਗਬੀਰ ਸਿੰਘ ਬਾਦਲ ਨੂੰ ਕਿਉਂ ਛੱਡਿਆ ਮੈਨੂੰ ਪਾਰਲੀਮੈਂਟ ਦੀ ਟਿਕਟ ਨਹੀਂ ਦਿੱਤੀ ਪਟਿਆਲੇ ਦੀ ਮੈਨੂੰ ਦਫਤਰ ਦਾ ਇੰਚਾਰਜ ਨਹੀਂ ਬਣਾਇਆ ਵੱਡੇ ਕਮਰੇ ਜਿੱਨੀ ਬਿਠਾਇਆ ਜਿੱਥੇ ਸੀਨੀਅਰ ਬੰਦੇ ਐ ਐਲਐਮਆ ਹੀ ਦੇਣ ਤੇ ਪੈਸੇ ਤਾਂ ਨਹੀਂ ਲੱਤੇ ਅਸੀਂ ਮੈਨੂੰ 30-30 ਲੱਖ ਐ ਮੁਫਤ ਚ ਮਿਲਦਾ ਹੋਵੇ ਮੈਂ ਸਮੋਸਿਆਂ ਦੇ ਪੈਸੇ ਸੀ ਉਹਨਾਂ ਦਾ ਅਕਾਲੀ ਦਲ ਦੇ ਵਿੱਚ ਸਭ ਅੱਛਾ ਨਹੀਂ ਐ ਐਸਐਸਲੀ ਕਿਉਂਕਿ ਕਈ ਤਰ੍ਹਾਂ ਦੀਆਂ ਖਬਰਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਖਾਸ ਤੌਰ ਤੇ ਚਰਨਜੀਤ ਸਿੰਘ ਬਰਾੜ ਜਿਹੜੇ ਅਕਾਲੀ ਦਲ ਪ੍ਰਧਾਨ ਦੇ ਕਾਫੀ ਨੇੜੇ ਰਹੇ ਪਰ ਹੁਣ ਉਹਨਾਂ ਦੀ ਇੱਕ ਚਿੱਠੀ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੇ ਖੜੇ ਕਰ ਦਿੱਤੇ ਨੇ ਅਕਾਲੀ ਦਲ ਤੇ ਔਰ ਖਾਸ ਕਰਕੇ ਇੱਕ ਸ਼ਖਸ ਤੇ ਜ਼ਿਆਦਾ ਹਮਲਾਵਰ ਨਜ਼ਰ ਆਏ ਉਹ ਕੌਣ ਨੇ ਪਰਮਬੰਦ ਸਿੰਘ ਬੰਟੀ ਰਮਾਣਾ ਫਰੀਦਕੋਟ ਤੋਂ ਅਕਾਲੀ ਦਲ ਦੀ ਚੋਣ ਲੜੀ ਉਮੀਦਵਾਰ ਰਹੇ ਔਰ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਕਾਫੀ ਨੇੜੇ ਮੰਨੇ ਜਾਂਦੇ ਹੋ ਪੱਟੀ ਜੀ ਕੀ ਐਸਾ ਹੋਇਆ ਕਿ ਪਾਰਟੀ ਦੇ ਵਿੱਚ ਤੁਸੀਂ ਵੀ ਨੇੜੇ ਹਾਂ ਚਰਜੀਤ ਸਿੰਘ ਬਰਾੜ ਵੀ ਕਾਫੀ ਨੇੜੇ ਸਮਝੇ ਜਾਂਦੇ ਸੀ ਐਸਾ ਕੀ ਹੋਇਆ ਕਿ ਉਹ ਤੁਹਾਡੇ ਤੇ ਨੇ ਹਮਲਾਵਰ ਨਜ਼ਰ ਆ ਰਹੇ ਆ ਵੇਖੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਚੀਜ਼ ਸਪਸ਼ਟ ਕਰ ਦਿਆਂ ਕੱਲ ਨੂੰ ਬੰਟੀ ਰਮਾਣਾ ਕੁਝ ਬੋਲਣ ਲੱਗ ਜੇ ਪਾਰਟੀ ਦੇ ਖਿਲਾਫ ਪ੍ਰਧਾਨ ਸਾਹਿਬ ਦੇ ਖਿਲਾਫ ਉਹਦਾ ਇਹ ਸਿੱਟਾ ਨਾ ਕੱਢੋ ਕਿ ਪਾਰਟੀ ਸਭ ਅੱਛਾ ਨਹੀਂ ਹੈ ਸੀਨੀਅਰ ਬੰਦੇ ਜਿਨ੍ਹਾਂ ਨੇ 50 50 60 60 ਸਾਲ 70 70 ਲਾਤੇ ਹੋਣ ਆਪਦੀ ਜ਼ਿੰਦਗੀ ਦੇ ਕੋਈ ਕੱਲ ਨੂੰ ਭੁੰਦਰ ਸਾਹਿਬ ਵਰਗਾ ਕੋਈ ਸ਼ਖਸ ਬੋਲੇ ਕੋਈ ਐ 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 ਟਟੀਰੀ ਨੂੰ ਭਲੇਖਾ ਹੁੰਦਾ ਲੱਤਾਂ ਤਾਂ ਕਰਕੇ ਖੜ ਜੰਦੀ ਹੈ ਵੀ ਸ਼ਾਇਦ ਅਸਮਾਨ ਮੇਰਾ ਹੀ ਠੱਲਿਆ ਸੋ ਇਹ ਭਲੇਖਾ ਕਿਸੇ ਨੂੰ ਨਹੀਂ ਰਹਿਣਾ ਚਾਹੀਦਾ ਪਰ ਐਸਾ ਐਸਾ ਬੰਟੀ ਜੀ ਕੀ ਹੋਇਆ ਕਿ ਜਿਵੇਂ ਮੈਂ ਪਹਿਲਾਂ ਗੱਲ ਕੀਤਾ ਕਿ ਦੋਵੇਂ ਇੱਕ ਪ੍ਰਧਾਨ ਦੇ ਨੇੜੇ ਔਰ ਇਕੱਠਿਆਂ ਕੰਮ ਵੀ ਕੀਤਾ ਐਸੀ ਕੀ ਗੱਲ ਹੋਈ ਐਸੇ ਕੀ ਹਾਲਾਤ ਬਣੇ ਕਿ ਆਪਣੇ ਸਾਹਮਣੇ ਸਥਿਤੀ ਪੈਦਾ ਹੋ ਗਈ ਔਰ ਇੱਕ ਦੂਜੇ ਤੇ ਇੰਨੇ ਵੱਡੇ ਸਵਾਲ ਖੜੇ ਹੋਣ ਲੱਗ ਗਏ ਨਹੀਂ ਦੇਖੋ ਇੱਕ ਦੂਜੇ ਤੇ ਨਹੀਂ ਹਜੇ ਤੱਕ ਮੈਂ ਤਾਂ ਬੋਲਿਆ ਹੀ ਨਹੀਂ ਮੈਂ ਤਾਂ ਕੋਈ ਸਵਾਲ ਵੀ ਨਹੀਂ ਖੜਾ ਕੀਤਾ ਪ੍ਰੋਬਲਮ ਕੀ ਹੋਈ ਜਾਂ ਜੈਲਸੀ ਕਿਉਂ ਹੈ ਜਾਂ ਈਰਖਾ ਕਿਉਂ ਹੈ ਇਹ ਤੇ ਜਿਹੜਾ ਬੰਦਾ ਬੋਲਿਆ ਉਹ ਦੱਸੇ ਅੱਜ ਤੱਕ ਮੇਰੀ ਇਹ ਪਹਿਲੀ ਇੰਟਰਵਿਊ ਹੈ ਤੁਹਾਡੇ ਨਾਲ ਠੀਕ ਹੈ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਸੀ ਚਾਰ ਪੰਜ ਦਿਨ ਹੋ ਗਏ ਸੀ ਫਿਰ ਮੈਨੂੰ ਕਈਆਂ ਨੇ ਕਿਹਾ ਵੀ ਕਈ ਵਾਰੀ ਨਾ ਚੁੱਪ ਨੂੰ ਬੰਦਾ ਕਮਜ਼ੋਰੀ ਸਮਝ ਲੈਂਦਾ ਤੇ ਕੁਝ ਵੀ ਹੋ ਸਕਦਾ ਬੰਟੀ ਰਮਾਣਾ ਬੰਟੀ ਰਮਾਣਾ ਕਮਜ਼ੋਰ ਇਨਸਾਨ ਨਹੀਂ ਹੈ ਆਪਦੇ ਮੋਢਿਆਂ 'ਚ ਇੰਨੀ ਮੇਰੇ ਜਾਨ ਹੈਗੀ ਮੇਰੀਆਂ ਲੱਤਾਂ 'ਚ ਜਾਨ ਹੈ ਮੈਂ ਆਪ ਦੀ ਲੜਾਈ ਖੁਦ ਲੜ ਸਕਦਾ ਹਾਂ ਹੁਣ ਲੋਕ ਬੋਲ ਰਹੇ ਮੇਰੇ ਹਲਕੇ ਚੋਂ ਸੁਭਾਵਕ ਹੈ ਜਿਹੜੇ ਮੇਰੇ ਸਪੋਰਟਰ ਹੈ ਪਾਰਟੀ ਦੇ ਸਮਰਥਕ ਹੈ ਜੇ ਮੈਂ ਪਿਆਰ ਕਮਾਇਆ ਉਹਨਾਂ ਦੇ ਨਾਲ ਤੇ ਫਿਰ ਉਹ ਬੋਲਣਗੇ ਇਹਦੇ ਹੱਕ ਚ ਕਿਉਂ ਨਾ ਅਜੇ ਤੱਕ ਰਾਜਪੁਰੇ ਦੇ ਇੱਕ ਵੀ ਬੰਦੇ ਨੇ ਕੋਈ ਵੀ ਹਾ ਦਾ ਨਾਹਰਾ ਮਾਰਿਆ ਜਾਂ ਕੋਈ ਵੀਡੀਓ ਪਾਈ ਉਸ ਗੱਲ ਦੀਆਂ ਮਿਰਚਾਂ ਫਰੀਦਕੋਟ ਹਲਕੇ ਚੋਂਨੇਕਾਂ ਵੀਡੀਓਆਂ ਪਈਆਂ ਯੂਥ ਦੇ ਮੁੰਡੇ ਜਿਨ੍ਹਾਂ ਨੇ ਸਾਡੇ ਨਾਲ ਕੰਮ ਕੀਤਾ ਅਕਸਰ ਉਹ ਵੀ ਦੇਖਦੇ ਆ ਕਿ ਪਾਰਟੀ ਦਾ ਨੁਕਸਾਨ ਕੌਣ ਕਰ ਰਿਹਾ ਉਹਨਾਂ ਨੇ ਵੀ ਵੀਡੀਓਜ਼ ਪਾਈਆਂ ਤੇ ਮੈਨੂੰ ਇਹ ਨਹੀਂ ਸਮਝ ਆਈ ਵੀ ਉਹਦੀਆਂ ਮਿਰਚਾਂ ਕਿਸ ਗੱਲ ਦੀਆਂ ਲੱਗੀਆਂ ਕਿ ਮੇਰੀ ਮੈਮ ਨਾਲ ਬੋਲ ਰਿਹਾ ਹੈ ਵਿਰਾਟ ਸਾਹਿਬ ਇਤਨਾ ਥੋਡੀ ਗੱਲ ਹੈ ਤੁਸੀਂ ਗੱਲ ਪੂਰੀ ਸੁਣਿਆ ਕਰੋ ਮਿਰਚਾਂ ਕਿਸ ਗੱਲ ਦੀਆਂ ਲੱਗੀਆਂ ਕੀ ਆਪਦਾ ਪਛੋਕੜ ਬੰਦੇ ਨੂੰ ਐਡਾ ਲਕੋਣ ਦਾ ਡਰ ਹੈ ਮੈਨੂੰ ਤਾਂ ਬੜਾ ਮਾਣ ਆ ਆਪਦੇ ਪਛੋਕੜ ਤੇ ਮੇਰੇ ਬਜ਼ੁਰਗਾਂ ਨੇ ਦਾਦੇ ਪੜਦਾਦਿਆਂ ਨੇ ਮਿਹਨਤਾਂ ਕੀਤੀਆਂ ਆਪਦੇ ਹੱਥੀਂ ਕੰਮ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜੇ ਅਸੀਂ ਆਇਸ਼ ਕਰਦੇ ਤੇ ਜੇ ਕਿਸੇ ਨੇ ਪਛੋਕੜ ਦੱਸਦਾ ਵੀ ਤੂੰ ਟੈਂਪੂ ਚਲਾਉਂਦਾ ਰਿਹਾ ਹੈ ਜਾਂ ਤੇਰੇ ਬਾੜੇ ਵਿੱਚ ਭੇਡਾਂ ਰੱਖੀਆਂ ਸੀ ਭੇਡਾਂ ਚਾਰਦਾ ਰਿਹਾ ਤੇ ਕੀ ਮਾੜੀ ਗੱਲ ਹੈ ਇਹਦੇ 'ਚ ਕੰਮ ਕਰਨਾ ਤਾਂ ਕੋਈ ਮਾੜੀ ਗੱਲ ਨਹੀਂ ਮੈਂ ਤਾਂ ਹੁਣ ਵੀ ਤੁਹਾਡੇ ਸਾਹਮਣੇ ਤੁਸੀਂ ਆਪ ਹੀ ਸਪੀਕਰ ਫੋਨ ਤੇ ਸੁਣਿਆ ਸੀ ਸਾਰੇ ਬੈਠੇ ਸੀ ਤੇ ਗਿੱਦੜਵੇ ਤੋਂ ਹੀ ਫੋਨ ਆਇਆ ਸੀ ਨਾ ਬੰਦਾ ਕੀ ਕਹਿੰਦਾ ਸੀ ਫਕਰ ਸਰ ਤੋਂ ਗਿੱਦੜਵੇ ਤਾਈਓ ਤਿੰਨ ਪੈਰਾਂ ਪਈਆਂ ਵਾਲਾ ਘੜੁਕਾ ਚਲਾਉਂਦਾ ਹੁੰਦਾ ਸੀ ਤੇ ਫਿਰ ਇਹਦੇ ਚੇਅਰ ਲਕੋਣ ਦੀ ਕੀ ਗੱਲ ਹੈ ਮਿਹਨਤ ਸੀ ਜੇ ਆਪਦੀ ਮਿਹਨਤ ਤੇ ਸ਼ਰਮ ਹੈ ਕਿ ਅੱਜ ਤੁਸੀਂ ਐਡੇ ਵੱਡੇ ਹੋ ਗਏ ਕਿ ਆਪਦੇ ਪਿਛੋਕੜ ਤੇ ਤੁਹਾਨੂੰ ਸ਼ਰਮ ਆਉਣ ਲੱਗੀ ਮੈਨੂੰ ਤਾਂ ਕੋਈ ਸ਼ਰਮ ਨਹੀਂ ਇਸ ਗੱਲ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਮਿਹਨਤਾਂ ਕੀਤੀਆਂ ਮਿਹਨਤਾਂ ਕੀਤੀਆਂ ਕਮਾਈ ਕੀਤੀ ਸਾਨੂੰ ਇੱਥੋਂ ਤੱਕ ਲੈ ਕੇ ਆਏ ਤੇ ਇਹਨਾਂ ਨੂੰ ਜੇ ਆਪਦੇ ਪਿਛੋਕੜ ਤੋਂ ਸ਼ਰਮ ਆਉਂਦੀ ਹੈ ਤੇ ਫਿਰ ਉਹਦੇ 'ਚ ਤਾਂ ਫਿਰ ਮੈਂ ਕਹਿ ਵੀ ਕੀ ਸਕਦਾ ਬੰਟੀ ਜੀ ਤੁਸੀਂ ਕਹਿਆ ਕਿ ਮੇਰੇ ਨਾਲ ਕੀਰਖਾ ਅਸਲ ਦੇ ਵਿੱਚ ਉਹ ਕਹਿੰਦੇ ਕਿ ਵੀ ਜਿਹੜੀ ਉਹਨੇ ਚਿੱਠੀ ਜਾਰੀ ਕੀਤੀ ਸੀ ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਤੋਂ ਮਿਲਣ ਦਾ ਸਮਾਂ ਮੰਗਿਆ ਸੀ ਤੇ ਪਰ ਮੈਨੂੰ ਮਿਲਣ ਨਹੀਂ ਦਿੱਤਾ ਗਿਆ ਉਹ ਕਹਿੰਦੇ ਵੀ ਤੁਹਾਡੇ ਕੋਲੇ ਆ ਕੇ ਬੈਠੇ ਨੇ ਪ੍ਰਧਾਨ ਸਾਹਿਬ ਤੇ ਕਹਿੰਦੇ ਮੈਨੂੰ ਮਿਲਣ ਹੀ ਮੈਨੂੰ ਸਮਾਂ ਨਹੀਂ ਦਿੱਤਾ ਔਰ ਮੁੱਖ ਤੌਰ ਤੇ ਕਹਿੰਦੇ ਜਦੋਂ ਕੋਈ ਮਿਲਣਾ ਚਾਹੁੰਦਾ ਜਾਂ ਕਹਿੰਦੇ ਵੀ ਇਹ ਇੱਕ ਘੇਰਾ ਜਿਹੜਾ ਹੈਗਾ ਉਹ ਪ੍ਰਧਾਨ ਦਰਸ਼ਪ੍ਰੀਤ ਸਿੰਘ ਬਾਦਲ ਦੇ ਦਿਵਾਰੇ ਹੈ ਇਹਨਾਂ ਸਲਾਹਕਾਰਾਂ ਦਾ ਜਿਨ੍ਹਾਂ ਦੇ ਵਿੱਚ ਤੁਹਾਨੂੰ ਮੁੱਖ ਤੌਰ ਤੇ ਗਿਣਿਆ ਜਾਂਦਾ ਵੀ ਇਹ ਅੱਗੇ ਨਹੀਂ ਕਿਸਰੋਂਣ ਦਿੰਦੇ ਦੇਖੋ ਅਕਾਲੀ ਦਲ ਦਾ ਪ੍ਰਧਾਨ ਦੇ ਦਫ਼ਤਰ ਦੇ ਵਿੱਚ ਕਮਰਾ ਜਿਹੜੇ ਬੰਦੇ ਨੂੰ ਨੇਮ ਪਲੇਟ ਲੱਗ ਕੇ ਮਿਲਿਆ ਹੋਵੇ ਉਹ ਕਵੇ ਮੈਨੂੰ ਮਿਲਣ ਦਾ ਸਮਾਂ ਨਹੀਂ ਮਿਲਦਾ ਇਹ ਗੱਲ ਮੰਨਣ ਯੋਗ ਨਹੀਂ ਹੈ ਚਲੋ ਅੱਜ ਮੈਂ ਗੱਲ ਇਹ ਕਹਿਣਾ ਸਾਨੂੰ ਵੀ ਕਈ ਵਾਰੀ ਕੰਮ ਹੁੰਦਾ ਸੀ ਨਾ ਅਸੀਂ ਵੀ ਚਰਨਜੀਤ ਨੂੰ ਫੋਨ ਕਰਦੇ ਸੀ ਵੀ ਯਾਰ ਆ ਸਾਡੀ ਰੈਲੀ ਦਾ ਸਮਾਂ ਆ ਦੇਣ ਯਾਰ ਗਾਂ ਪਸ਼ਾਂ ਕਰਦੇ ਸਾਡੇ ਤੋਂ ਦਸਾਂ ਦਿਨਾਂ ਚ ਤਿਆਰੀ ਨਹੀਂ ਹੋਣੀ ਯਾਰ ਪ੍ਰਧਾਨ ਸਾਹਿਬ ਨੂੰ ਨਹੀਂ ਅਸੀਂ ਕਹਿੰਨਾ ਤੂੰ ਹੀ ਕਰਦੀ ਅਸੀਂ ਤਾਂ ਆਪ ਇਹਨੂੰ ਕਹਿੰਦੇ ਹੁੰਦੇ ਸੀ ਤੇ ਇਹ ਕਹਿੰਦਾ ਮੈਨੂੰ ਸਮਾਂ ਨਹੀਂ ਮਿਲਿਆ ਇਹ ਐਵੇਂ ਇਹ ਬੇਹੋਦਾ ਗੱਲਾਂ ਕਰਨੀਆਂ ਜਦੋਂ ਕੋਈ ਤਰਕ ਨਾ ਹੋਵੇ ਕਿਸੇ ਚੀਜ਼ ਦੇ ਵਿੱਚ ਫਿਰ ਬੰਦਾ ਇਹੋ ਜੀਆਂ ਗੱਲਾਂ ਹੀ ਕਰਦਾ ਹਾਂ ਬੈਠੇ ਕਿੱਥੇ ਰਹੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਤਾਂ ਹਰ ਵਰਕਰ ਦੇ ਘਰੇ ਜਾਂਦੇ ਇਹਨੂੰ ਕੀ ਤਕਲੀਫ ਹੋ ਗਈ ਜੇ ਮੇਰੇ ਘਰੇ ਆ ਗਏ ਮੈਂ ਤਾਂ ਇਹ ਤਾਂ ਮੈਂ ਸੁਣੀ ਸੀ ਉਹ ਵੀਡੀਓ ਵੀ ਪ੍ਰਧਾਨ ਸਾਹਿਬ ਆਪਦਾ ਅਠ ਕਨਾਲ ਦਾ ਘਰ ਛੱਡ ਕੇ ਇੱਕ ਕਨਾਲ ਦੇ ਕਿਰਾਏ ਦੇ ਕੋਠੀ ਦੇ ਵਿੱਚ ਆ ਕੇ ਬੈਠੇ ਹੁੰਦੇ ਮੈਂ ਤਾਂ ਕਹਿੰਨਾ ਪ੍ਰਧਾਨ ਨੂੰ 5 ਮਰਲੇ ਦੇ ਵਰਕਰ ਦੇ ਘਰ ਚ ਵੀ ਜਾਣਾ ਚਾਹੀਦਾ 2 ਮਰਲੇ ਦਾ ਜਿਹਦਾ ਕੋਈ ਕੱਚਾ ਕੋਠਾ ਉੱਥੇ ਵੀ ਜਾਣਾ ਚਾਹੀਦਾ ਕੀ ਤਕਲੀਫ ਹੈ ਵੀ ਇਸ ਗੱਲ ਚ ਨਿਜੀ ਤੌਰ ਤੇ ਜੇ ਅਸੀਂ ਪ੍ਰਧਾਨ ਸਾਹਿਬ ਨੂੰ ਕੋਈ ਬੇਨਤੀ ਕਰਦੇ ਆਂ ਵੀ ਪ੍ਰਧਾਨ ਸਾਹਿਬ ਸਾਡੇ ਕੋਲੇ ਆਓ ਕੋਈ ਪ੍ਰਸ਼ਾਦਾ ਪਾਣੀ ਸਾਡਾ ਵੀ ਚੱਕ ਕੇ ਜਾਓ ਤੇ ਜੇ ਪ੍ਰਧਾਨ ਆ ਗਿਆ ਉਹਦੇ ਚ ਢਿੱਡ ਪੀੜਾਉਣ ਲੱਗ ਗਈ ਤੂੰ ਸੱਦਲਾ ਯਾਰ ਦੱਸ ਕਿੱਦਾਂ ਤੂੰ ਸੱਦਿਆ ਤੇਰੇ ਨਹੀਂ ਆਏ ਭਾਈ ਸੋ ਇਹ ਗੱਲਾਂ ਕੋਈ ਤੁਕ ਨਹੀਂ ਐ ਜਿਹੜੀਆਂ ਇਹ ਗੱਲਾਂ ਚ ਪ੍ਰਧਾਨ ਉੱਥੇ ਬੈਠਾ ਰਿਹਾ ਪ੍ਰਧਾਨ ਉੱਥੇ ਬੈਠਾ ਰਿਹਾ ਪ੍ਰਧਾਨ ਹਰ ਵਰਕਰ ਦੇ ਘਰੇ ਜਾਂਦਾ ਹੈ कमजोर ਤੋਂ कमजोर बंदे ਦੇ ਘਰੇ ਜਾਂਦਾ ਹੈ ਪ੍ਰਧਾਨ ਨੇ ਵੱਡੇ ਤੋਂ ਵੱਡੇ ਬੰਦਿਆਂ ਨੂੰ ਵੀ ਮਿਲਣਾ ਸੋ ਇਹ ਗੱਲਾਂ ਕੋਈ ਤਰਕ ਨਹੀਂ ਹੈ ਕੋਈ ਮੈਨੂੰ ਇਹ ਦੱਸੋ ਤੋ ਕਾਲੀ ਗੱਲ ਕੀ ਹੈ ਯਾਰ ਜੋ ਕੁਝ ਉਹਨੇ ਬੋਲਿਆ ਇਹ ਬੰਦਿਆਂ ਨੇ ਘੇਰਾ ਪਾ ਲਿਆ ਅਸੀਂ ਤਾਂ ਇੱਥੇ ਰਹਿੰਦੇ ਵੀ ਬਹੁਤ ਘੱਟ ਆ ਆਪਦੇ ਹਲਕੇ ਆ ਸਾਡੇ ਚਲਾਉਣੇ ਆ ਅਸੀਂ ਤੇਰੇ ਅੰਗੂ ਨਹੀਂ ਨਾ ਹਾਲਾਤ ਸਾਡੇ ਜਿਹੜੇ 24 ਘੰਟੇ ਅਸੀਂ ਦਫ਼ਤਰੀ ਬੈਠੇ ਰਹਿਣਾ ਦਫ਼ਤਰ ਬੈ ਕੇ ਕਰਦਾ ਕੀਤਾ ਕੀ ਆ ਹੁਣ ਤੱਕ ਚੁਗਲੀਆਂ ਮਹਾਰਤ ਕਾਦੇ ਚ ਹੈ ਚੁਗਲੀਆਂ ਚ ਤੇ ਫਿਰ ਉਹ ਗੱਲਾਂ ਦਾ ਫਾਇਦਾ ਕੋਈ ਕਰਨਦਾ ਜੀ अच्छा बंटी जी ਤੁਸੀਂ ਕਿਹਾ ਕਿ ਸਭ ਦੇ ਨਾਲ ਪ੍ਰਧਾਨ ਸਾਹਿਬ ਦੀ ਅਨੇੜਤਾ ਹੋਣੀ ਚਾਹੀਦੀ ਆ ਪਰ ਚਰਨਜੀਤ ਸਿੰਘ ਬਰਾੜ ਜਿਸ ਤਰ੍ਹਾਂ ਤੁਹਾਡੇ ਤੇ ਸਵਾਲ ਚੁੱਕਦੇ ਨੇ ਉਹ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਇਹ ਬੰਦੇ ਲੈ ਬੈਠੇ ਕੀ ਬੰਟੀ ਰਮਾਣਾ ਇੰਨਾ ਪਾਵਰਫੁਲ ਹੈ ਕਿ ਅਕਾਲੀ ਦਲ ਦੀ ਜਿਹੜੀ ਅੱਜ ਦੀ ਹਾਲਤ ਉਹਦੇ ਲਈ ਬੰਟੀ ਰਮਾਣਾ ਜ਼ਿੰਮੇਵਾਰ ਆ ਉਹ ਸਾਫ਼ ਤੌਰ ਤੇ ਤੁਹਾਡੇ ਵੱਲੋਂ ਸਵਾਲ ਚੁੱਕਦੇ ਨੇ ਪਤਾ ਕੀ ਹੈ ਬੰਟੀ ਮੈਂ ਫੇਰ ਉਸੇ ਗੱਲ ਤੇ ਹਾਂ ਬੰਟੀ ਰਮਾਣਾ ਕੀ ਕਹਿੰਦਾ ਨਾ ਤਾਂ ਉਹਦੇ ਤੇ ਯਕੀਨ ਕਰੋ ਚਰਨਜੀਤ ਬਰਾੜ ਕੀ ਕਹਿੰਦਾ ਨਾ ਤਾਂ ਉਹ ਨਾ ਉਹਦੇ ਤੇ ਯਕੀਨ ਕਰੋ ਗੱਲ ਪਿਛੋਕੜ ਵੇਖੋ ਬੰਦੇ ਦਾ ਦੋਵਾਂ ਦਾ ਹੀ ਵੇਖ ਲਓ ਬੰਟੀ ਰਮਾਣਾ ਸਿਆਸਤ ਸ਼ੁਰੂ ਕੀਤੀ 1997 98 ਚ ਜਦੋਂ ਕਾਲਜ ਛੱਡਿਆ ਉਸ ਦਿਨ ਤੋਂ ਅੱਜ ਤੱਕ ਇੱਕ ਪਾਰਟੀ ਇੱਕ ਬੰਦੇ ਨਾਲ ਲੱਗੇ ਮੇਰੇ ਬਜ਼ੁਰਗਾਂ ਦਾ ਵੀ ਇਤਿਹਾਸ ਸਾਡਾ ਪਰਿਵਾਰ ਦਾ ਅਕਾਲੀ ਦਲ ਦਾ ਇਤਿਹਾਸ ਹੈ ਠੀਕ ਹੈ ਮੇਰੇ ਬਜ਼ੁਰਗਾਂ ਦੀ ਅਟੈਚਮੈਂਟ ਜਿਵੇਂ ਸਾਡੀ ਬਾਲ ਸਾਹਿਬ ਨਾਲ ਹੈ ਉਹਨਾਂ ਦੀ ਤਲਵੰਡੀ ਸਾਹਿਬ ਨਾਲ ਸੀ ਅਕਾਲੀ ਦਲ ਦੇ ਵਿੱਚ ਹੀ 50 ਸਾਲ 1970 ਤੋਂ ਤਾਂ ਮੈਨੂੰ ਯਾਦ ਹੈ ਮੇਰੇ ਬਜ਼ੁਰਗਾਂ ਨੇ ਅਕਾਲੀ ਦਲ ਦੀ ਅਸੀਂ ਸਾਰਿਆਂ ਨੇ ਕੰਮ ਸ਼ੁਰੂ ਕੀਤਾ ਮੇਰੀ ਫੈਮਲੀ ਨੇ ਪੰਜਾਬ 52 ਸਾਲਾਂ ਬਾਅਦ ਆ ਕੇ ਸਾਨੂੰ ਐਮਐਲਏ ਦੀ ਟਿਕਟ ਮਿਲੀ ਹੈ 2022 ਚ ਮਿਲੀ ਮੈਨੂੰ ਆ ਕੇ ਵਿੱਚ ਇਹੋ ਜੇ ਸਮੇ ਵੀ ਆਏ 2008-9 ਦੇ ਵਿੱਚ 10 ਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਐਮਸੀ ਦੀ ਟਿਕਟ ਦਿਨਾਈ ਹੋਈ ਸੀ ਤੇਰੇ ਵਾਂਗੂ ਛੱਡ ਕੇ ਨਹੀਂ ਗਿਆ ਪਰ ਫਿਰ ਵੀ ਤੁਸੀਂ ਅੱਜ ਇਹਦੀਆਂ ਇੰਟਰਵਿਊਆਂ ਸੁਣ ਲਓ ਤੁਸੀਂ ਸ਼ਾਇਦ ਤੁਸੀਂ ਪੁੱਛਿਆ ਕਿ ਕਿਸੇ ਹੋਰ ਚੈਨਲ ਤੇ ਮੈਂ ਸੁਣ ਰਿਹਾ ਸੀ ਆ ਇੱਕ ਹੋਰ ਚੈਨਲ ਦੀ ਕੱਲ ਇੰਟਰਵਿਊ ਆਈ ਹੈ ਬੀ ਤੂੰ ਮਨਪ੍ਰੀਤ ਨੂੰ ਕਿਉਂ ਛੱਡਿਆ ਕਹਿੰਦਾ ਮਨਪ੍ਰੀਤ ਮੈਨੂੰ ਕਹਿੰਦਾ ਵੀ ਤੂੰ ਇਲੈਕਸ਼ਨ ਨਹੀਂ ਲੜਨੀ ਕਹਿੰਦਾ ਮੈਂ ਕਿਹਾ ਬੰਨੇ ਹੱਥ ਸਸਰੀਕਾਲ ਮੈਂ ਤੈਨੂੰ ਛੱਡ ਕੇ ਚੱਲਿਆ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਛੱਡਿਆ ਮੈਨੂੰ ਪਾਰਲੀਮੈਂਟ ਦੀ ਟਿਕਟ ਨਹੀਂ ਦਿੱਤੀ ਪਟਿਆਲੇ ਦੀ ਮੈਨੂੰ ਦਫ਼ਤਰ ਦਾ ਇੰਚਾਰਜ ਨਹੀਂ ਬਣਾਇਆ ਵੱਡੇ ਕਮਰੇ 'ਚ ਨਹੀਂ ਬਿਠਾਇਆ ਜਿੱਥੇ ਸੀਨੀਅਰ ਬੰਦੇ ਐ ਮੈਨੂੰ ਨਵਾਂ ਸ਼ਹਿਰ ਦੀ ਟਿਕਟ ਨਹੀਂ ਦਿੱਤੀ ਮੈਨੂੰ ਰਾਜ ਸਭਾ ਨਹੀਂ ਪ੍ਰੋਮਿਸ ਕੀਤੀ ਦੇਖੋ ਹਾਲਾਤ ਬੰਦੇ ਦੇ ਕੀ ਹੋ ਜਾਂਦੇ ਐ ਕੀ ਕੀਤਾ ਯਾਰ ਰਾਜ ਸਭਾ ਵਾਸਤੇ ਮੈਨੂੰ ਰਾਜ ਸਭਾ ਨਹੀਂ ਪ੍ਰੋਮਿਸ ਕੀਤੀ ਤਾਂ ਮੈਂ ਛੱਡਤਾ ਯਾਰ ਸਾਨੂੰ ਤਾਂ ਐਮਸੀ ਦੀ ਟਿਕਟ ਨਹੀਂ ਦਿੱਤੀ ਸੀ ਅਸੀਂ ਤਾਂ ਨਹੀਂ ਛੱਡਿਆ 7 8 ਤੋਂ ਲੈ ਕੇ 15 ਸਾਲ ਬਾਅਦ ਫਿਰ ਉਦੋਂ ਮੈਨੂੰ ਬੜੇ ਮੇਰੇ ਨਜ਼ਦੀਕੀਆਂ ਨੇ ਕਿਹਾ ਤੈਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਤੈਨੂੰ ਤਾਂ ਐਮਸੀ ਦੀ ਟਿਕਟ ਨਹੀਂ ਦਿੱਤੀ ਉਦੋਂ ਫਰੀਦਕੋਟ ਦੇ ਵਿੱਚ ਨਾ ਬੜਾ ਵੱਡਾ ਸਾਡਾ ਉਦੋਂ ਰੌਲਾ ਪਿਆ ਸੀ ਮੀਟਿੰਗਾਂ ਹੋਈਆਂ ਉਹ ਸਾਰੇ ਬਾਅਦ ਮੈਨੂੰ ਮੈਨੂੰ ਖੁਦ ਨੂੰ ਐਮਸੀ ਦੀ ਟਿਕਟ ਦਿਨਾਈ ਹੋਈ ਸੀ ਮੈਂ ਐਮਸੀ ਦੀ ਟਿਕਟ ਮੰਗੀ ਸੀ ਆਪਦੇ ਵਰਡ ਚੋਂ ਤੇ ਅਸੀਂ ਤਾਂ ਨਹੀਂ ਛੱਡਿਆ ਸੁਖਬੀਰ ਸਿੰਘ ਬਾਦਲ ਨੂੰ ਮੈਨੂੰ ਸਭ ਨੇ ਕਿਹਾ ਤੈਨੂੰ ਕੁਛ ਨਹੀਂ ਦੇਣਾ ਇਹਨਾਂ ਨੇ ਪਰ ਮੈਨੂੰ ਵਿਸ਼ਵਾਸ ਸੀ ਆਪਦੇ ਲੀਡਰ ਤੇ ਮੇਰੀ ਕਮਿਟਮੈਂਟ ਸੀ ਅਕਾਲੀ ਦਲ ਨਾਲ ਨਹੀਂ ਛੱਡਿਆ ਤੇਰੇ ਵਾਂਗੂ ਨਹੀਂ ਵੀ ਇੱਕ ਟਿਕਟ ਨਹੀਂ ਮਿਲੀ ਤੇ ਮੈਂ ਛੱਡ ਕੇ ਪਾਸੇ ਹੋ ਜਾ ਇੱਕ ਇਹ ਕੀ ਲਾਇਲਟੀ ਐ ਵੀ ਤੇਰੀ ਕੀ ਕਮਿਟਮੈਂਟ ਐ ਟਿਕਟਾਂ ਤੱਕ ਸੀਮਤ ਐ ਉਹ ਇਸ ਤਰ੍ਹਾਂ ਦੇ ਵੀ ਬੜੇ ਹਾਲਾਂਕਿ ਦੇਖੋ ਜੀ ਚਲ ਕਾਨੂੰਨੀ ਮਸਲੇ ਹੋਣ ਜਾਂ ਟੈਕਨੀਕਲ ਜਾਂ ਅੰਦਰ ਦੀਆਂ ਗੱਲਾਂ ਤੁਹਾਡੇ ਤੇ ਰੇਤੇ ਤੱਕਦੇ ਉਹਨਾਂ ਨੇ ਸਵਾਲ ਲਾਤੇ ਕਹਿੰਦੇ ਇਹਨਾਂ ਨੂੰ ਰੇਤੇ ਬਜਰੀ ਬੜਾ ਕੁਛ ਕਹਿੰਦੇ ਚੱਲਦਾ ਰਿਹਾ ਉਹਾਂ ਨੇ ਮੈਂ ਤਾਂ ਕਦੇ ਪੰਜੀ ਨਹੀਂ ਲਈ ਦਫ਼ਤਰ ਦੇ ਵਿੱਚੋਂ ਪਰ ਉਹ ਕਹਿੰਦੇ ਵੀ ਇਹਨਾਂ ਨੇ ਤਾਂ ਕਹਿੰਦਾ ਮੈਂ ਅੱਜ ਖੋਲਣ ਤੇ ਆ ਗਿਆ ਤੇ ਪੇਟ ਬੜੇ ਖੋਲ ਦੂ ਖੋਲ ਦੇ ਜਿਹੜਾ ਕੋਈ ਮਨ 'ਚ ਨਾ ਰਹਿ ਜੇ ਬਰਾੜ ਸਾਹਿਬ ਇੱਕ ਮੈਂ ਤੁਹਾਨੂੰ ਦੱਸਾਂ ਕਿਸੇ ਦੇ ਮਨ 'ਚ ਨਹੀਂ ਰਹਿਣੀ ਚਾਹੀਦੀ ਮੈਂ ਕੱਲੇ ਇਹਦੇ ਨਹੀਂ ਕਹਿੰਦਾ ਹੋਰ ਵੀ ਜੇ ਕਿਸੇ ਦੇ ਮਨ 'ਚ ਮਨ 'ਚ ਨਾ ਰਹਿ ਜੇ ਵੀ ਆ ਮੈਂ ਗੱਲ ਕਹਿਣੀ ਸੀ ਤੇ ਮੇਰੇ ਕਹਿਣ ਹੋ ਰਹਿ ਗਈ ਰੇਤੇ ਬਜਰੀ ਦੀ ਗੱਲ ਕਰਦਾ ਕਾਰੋਬਾਰ ਕੀਤੇ ਐ ਗਾਂ ਵੀ ਕਰਾਂਗੇ ਹਿੱਕ ਠੋਕ ਕੇ ਕਹਿੰਨੇ ਆ ਕਰ ਹੋਰ ਵੀ ਜਿਹੜੇ ਬਿਜ਼ਨਸ ਕੀਤੇ ਆ ਲੀਗਲ ਕੀਤੇ ਆ ਗਾਂ ਵੀ ਕਰਾਂਗੇ ਜੀ ਦੇ ਜਿਹੜਾ ਮਤਲਬ ਪੰਜਾਬੀ ਚ ਕਹਿੰਦੇ ਨੇ ਪੂਛ ਫੜ ਸਕਦਾ ਫੜ ਲੇ ਪੰਜ ਸਾਲ ਕਾਂਗਰਸ ਦੀ ਸਰਕਾਰ ਟੱਪ ਗਈ ਢਾਈ ਇਹਨਾਂ ਨੇ ਵੀ ਨੰਗਾ ਲੇ ਮੈਂ ਤਾਂ ਇੱਕ ਬਿਆਨ ਦੇਣ ਦੇ ਮਸਲੇ ਦੇ ਵਿੱਚ ਵੀ 10 ਦਿਨ ਜੇਲ੍ਹ ਕੱਟ ਕੇ ਆਇਆ ਤੇ ਜੇ ਮੇਰੇ ਚ ਕੋਈ ਕਾਰੋਬਾਰ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਤੁਸੀਂ ਸੋਚਦੇ ਹੋ ਭਗਵੰਤ ਮਾਨ ਹੋਰੀ ਬਖਸ਼ਣ ਆਲੇ ਸੀ ਸਾਨੂੰ ਆਪਦੇ ਕਾਰੋਬਾਰ ਤਾਂ ਕੀਤੇ ਆ ਨਾ ਮੈਂ ਤਾਂ ਅੱਜ ਵੀਡੀਓ ਆ ਵੇਖ ਰਿਹਾ ਨਵੀਆਂ ਆਈਆਂ ਐਲ ਐਮ ਆਈਆਂ ਦੇਣ ਦੇ ਪੈਸੇ ਤਾਂ ਨਹੀਂ ਲੱਤੇ ਅਸੀਂ ਜਿਹੜੇ ਬਾਹਰ ਬੈਠੇ ਲੋਕ ਇਲਜ਼ਾਮ ਲਾ ਰਹੇ ਐ ਮੈਨੂੰ ਨਹੀਂ ਪਤਾ ਸੀ ਅੱਜ ਤੋਂ ਪਹਿਲਾਂ ਇਹ ਗੱਲ ਮੈਂ ਤੁਹਾਨੂੰ ਇਮਾਨਦਾਰੀ ਨਾਲ ਗੱਲ ਕਰਦਾ ਮੈਂ ਝੂਠ ਨਹੀਂ ਕਦੇ ਬੋਲਿਆ ਹਿੱਕ ਠੋਕ ਕੇ ਗੱਲ ਕਰੂੰਗਾ ਜਿਹੜੀ ਕਰੂੰਗਾ ਸਾਹਮਣੇ ਕਰੂੰਗਾ ਐਲ ਐਮ ਆਈਆਂ ਲੈਣ ਦੇ 30 30 ਲੱਖ ਰੁਪਈਆ ਨਹੀਂ ਮੈਂ ਲਿੱਤਾ ਉਹ ਜਿਹੜੇ ਬੰਦਿਆਂ ਨੇ ਇਲਜ਼ਾਮ ਲਾਏ ਐ ਉਹਨਾਂ ਨੂੰ ਇੱਥੇ ਕੰਪਲੇਂਟ ਦੇ ਕੇ ਜਾਂਚ ਵੀ ਕਰਾਉਣੀ ਚਾਹੀਦੀ ਝੂਠੇ ਸਰਟੀਫਿਕੇਟਾਂ ਤੇ ਮੈਂ ਨੌਕਰੀਆਂ ਨਹੀਂ ਲੈਂਤੀਆਂ ਮੇਰਾ ਮੂੰਹ ਇਹ ਵੀ ਨਾ ਖਲਾਵੇ ਮੈਂ ਤੁਹਾਨੂੰ ਦੱਸ ਦਿਆਂ ਚਲੋ ਅੱਜ ਸਰਟੀਫਿਕੇਟਾਂ ਤੇ ਮਤਲਬ ਕੀ ਦੇ ਇਲਜ਼ਾਮ ਲਾ ਰਹੇ ਹੋ ਦੇਖੋ ਕੇਸ ਗਿੱਦੜਵੇ ਹੋਏ ਕਿ ਚਰਨਜੀਤ ਸਿੰਘ ਬਰਾੜ ਨੇ ਆਪਦਾ ਝੂਠਾ ਸਰਟੀਫਿਕੇਟ ਲਾ ਕੇ ਤੇ ਉਹ ਕੀ ਨਾਂ ਲੈਂਦੇ ਉਹਦੀ ਨੌਕਰੀ ਲਈ ਤਹਿਸੀਲਦਾਰ ਦੀ ਜਾਂ ਸ਼ਾਇਦ ਇਹਨਾਂ ਦੇ ਵਾਈਫ ਦੇ ਹੋਏ ਸਤਕਾਰਯੋਗ ਆ ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ ਚਲੋ ਤੁਸੀਂ ਮੈਨੂੰ ਪੁੱਛਿਆ ਮੈਂ ਦੱਸਦਾ ਫਿਰ ਉਹ ਕੇਸ ਵਾਪਸ ਹੋਏ ਉਹ ਕਿਉਂ ਹੋਏ ਇਹ ਦੱਸੇ ਨਾ ਕਿਵੇਂ ਹੋਏ ਪੈਰੀਂ ਜਾ ਕੇ ਰਗਵੀਰ ਪ੍ਰਧਾਨ ਦੇ ਡਿੱਗ ਕੇ ਕੇਸ ਕਾਦੇ ਆਸਤੇ ਵਾਪਸ ਕਰਾਏ ਉਹਨੇ ਤਾਂ ਇਹ ਵੀ ਕੇਸ ਕੀਤੇ ਸੀ ਕਿ ਆਮਦਨ ਤੋਂ ਵੱਧ ਜਿਦਾਤ ਬਣਾਈ ਹੈ ਕਾਲਜਾਂ ਦਾ ਜ਼ਿਕਰ ਹੈ ਇੱਕ ਬਠਿੰਡੇ ਕੋਲੇ ਕੋਈ ਕਾਲਜ ਹੈ ਇੱਕ ਬਿਹਾਰ ਦੇ ਵਿੱਚ ਕੋਈ ਕਾਲਜ ਆ ਫਲੈਟ ਬਣੇ ਆ ਤੇ ਫਿਰ ਕੇਸ ਕਿਉਂ ਵਾਪਸ ਕਰਾਇਆ ਗਈ ਲੜਦੇ ਕੋਰਟ ਦੇ ਵਿੱਚ ਲੈਂਦੇ ਕਲੀਨ ਚਿੱਟ ਕੋਰਟ ਦੇ ਵਿੱਚ ਉਹ ਤਾਂ ਕਹਿੰਦੇ ਕਿ ਮੈਂ ਪਾਰਟੀ ਤੋਂ ਕੋਈ ਤੇਲ ਵੀ ਨਹੀਂ ਪਾਇਆ ਗੱਡੀ ਵੀ ਆਪਦੀ ਭੰਦਾ ਕਹਿੰਦਾ 4 ਲੱਖ ਕਿਲੋਮੀਟਰ ਕਹਿੰਦੇ ਮੈਂ ਆਪਦੀ ਜੇਬ ਤੋਂ ਗੱਡੀ ਚਲਾਦੀ ਹਾਂ ਤੇ ਮੈਂ ਕਦੇ ਦਫ਼ਤਰੋਂ ਕੱਖ ਨਹੀਂ ਲਿਆ ਮੇਰੇ ਵੀਰ ਮੈਨੂੰ 30-30 ਲੱਖ ਐ ਮੁਫਤ ਚ ਮਿਲਦਾ ਹੋਵੇ ਮੈਂ ਇਸ ਮੋਸਿਆਂ ਦੇ ਪੈਸੇ ਕਿਉਂ ਲਵਾਂਗਾ ਦਵਾ ਦੇ ਮੈਨੂੰ ਤੂੰ ਠੀਕ ਹੈ ਨਾ ਮੈਨੂੰ 32 32 ਲੱਖ ਰੁਪਏ ਆਇਆ ਸਿੱਧਾ ਆਉਂਦਾ ਹੋਵੇ ਤੇ ਫਿਰ ਮੈਂ ਤੇਲ ਕਿਉਂ ਪਵਾਉਂਗਾ ਇੰਨਾਂ ਗੱਲਾਂ ਦਾ ਕੋਈ ਤੋਕਾ ਹੈ ਯਾਰ ਮੈਨੂੰ ਇਹ ਮੈਨੂੰ ਇਹ ਗੱਲਾਂ ਦੀ ਤੁਸੀਂ ਵੈਲਿਊ ਦੱਸੋ ਕੀ ਹੈ ਵੀ ਮੈਂ ਸਮੋਸਿਆਂ ਦੇ ਪੈਸੇ ਨਹੀਂ ਲੱਤੇ ਮੈਂ ਤੇਲ ਨਹੀਂ ਪਵਾਇਆ ਇਹ ਗੱਲਾਂ ਦੀ ਤੁੱਕ ਕੀ ਹੈ ਗੱਲਾਂ ਕਰਦਾ ਇਹ ਵੱਡਾ ਮਸਲਾ ਇੰਨਾਂ ਚੋੜਾਂ ਦੇ ਵਿੱਚ ਕਾਲੀਦਲ ਨੂੰ ਇੱਕ ਵੱਡਾ ਜੀ ਦੇ ਨਾਲ ਡੈਮੇਜ ਹੋਇਆ ਉਹ ਮੰਨਿਆ ਜਾਂਦਾ ਹੈ ਕਈ ਲੋਕ ਕਹਿੰਦੇ ਨੇ ਕਿ ਇਹਨਾਂ ਦਾ ਨੁਕਸਾਨ ਹੋਇਆ ਇੱਕ ਖਡੂਰ ਸਾਹਿਬ ਸੀਟ ਤੇ ਅੰਮ੍ਰਿਤਪਾਲ ਖਾਲਸਾ ਹੋਰਾਂ ਦੇ ਖਿਲਾਫ ਪ੍ਰਚਾਰ ਤੇ ਉਹਨਾਂ ਦੇ ਖਿਲਾਫ ਉਮੀਦਵਾਰ ਦੂਜਾ ਕਹਿੰਦੇ ਫਰੀਦਕੋਟ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਕਹਿੰਦੇ ਖਿਲਾਫ ਉਮੀਦਵਾਰ ਖੜਾ ਕਰਨਾ ਤੇ ਉਹਦੇ ਖਿਲਾਫ ਪ੍ਰਚਾਰ ਕਰਨਾ ਕਹਿੰਦੇ ਅਕਾਲੀ ਦਲ ਤੇ ਭਾਰਾ ਪਿਆ ਐਸਾ ਕਾਫੀ ਆਗੂ ਬੋਲਦੇ ਨੇ ਔਰ ਚਰਜੀ ਬਰਾੜ ਵੀ ਕਹਿੰਦੇ ਆ ਔਰ ਉਹ ਤੁਹਾਡੇ ਤੇ ਸਿੱਧਾ ਸਵਾਲ ਚੁੱਕਿਆ ਉਹਨਾਂ ਨੇ ਉਹ ਕਹਿੰਦੇ ਕਿ ਮੈਂ ਇਸ ਗੱਲ ਦਾ ਹਮੀ ਸੀ ਕਿ ਸਰਬਜੀਤ ਸਿੰਘ ਖਾਲਸਾ ਦੇ ਖਲਾਫ ਬੰਦਾ ਨਾ ਠੱਲੋ ਇਹਨਾਂ ਦੇ ਪ੍ਰਵਾਦੀ ਕੁਰਬਾਨੀ ਹੈ ਪਰ ਕਹਿੰਦੇ ਬੰਟੀ ਰਮਣਾ ਨਹੀਂ ਮੰਨਿਆ ਨਹੀਂ ਤਾਂ ਖਣੀ ਪ੍ਰਧਾਨ ਸਾਹਿਬ ਮੰਨ ਜਾਂਦੇ ਦੇਖੋ ਇੱਕ ਥਾਂ ਤੇ ਝੂਠ ਹੈ ਨਾ ਜਿਹੜਾ ਜਿੰਨਾ ਮਰਜ਼ੀ ਬੋਲੀ ਜਾਓ ਇੱਕ ਥਾਂ ਤੇ ਪ੍ਰੂਫ ਦਿਖਾਉਣ ਜਿੱਥੇ ਇਹ ਗੱਲ ਆਈ ਹੋਵੇ ਤੇ ਮੈਂ ਵਿਰੋਧ ਕੀਤਾ ਹੋਵੇ ਨੌ ਦੇ ਨੌ ਸਾਡੇ ਹਲਕਾ ਇੰਚਾਰਜ ਹੈ ਨਾ ਫਰੀਦਕੋਟ ਪਾਰਲੀਮੈਂਟ ਹਲਕੇ ਦੇ ਚਰਨਜੀਤ ਨੂੰ ਕੀ ਪਤਾ ਚਰਨਜੀਤ ਉੱਥੇ ਸੀ ਵੀ ਨਹੀਂ ਸਾਡੀਆਂ ਇਲੈਕਸ਼ਨਾਂ ਦੇ ਵਿੱਚ ਪੁੱਛੋ ਜੇ ਕੋਈ ਮੁੱਦਾ ਆਇਆ ਹੋਵੇ ਕਿਤੇ ਕੋਈ ਗੱਲ ਵਿਰੋਧ ਹੋਇਆ ਹੋਵੇ ਕਿਸੇ ਨੂੰ ਸਾਡਾ ਕੈਂਡੀਡੇਟ ਹੈ ਰਾਜਵਿੰਦਰ ਉਹਨੂੰ ਜਾ ਕੇ ਪੁੱਛੋ ਨਾ ਇਹ ਗੱਲਾਂ ਦਾ ਕੋਈ ਤਕ ਨਹੀਂ ਹੈ ਜਿਹੜੀਆਂ ਇਹ ਗੱਲਾਂ ਕਰ ਰਿਹਾ ਅੱਜ ਬਿਆਨਤ ਸਿੰਘ ਠੀਕ ਦਾ ਉਹ ਮੁੰਡਾ ਜਿਹੜਾ ਦੇ ਕੋ ਸ਼ਹੀਦ ਭਾਈ ਭਾਈ ਬਿਆਨਤ ਸਿੰਘ ਦੀ ਕੁਰਬਾਨੀ ਦਾ ਕੋਈ ਮੁੱਲ ਸਿੱਖ ਜ਼ਿੰਦਗੀ ਭਰੀ ਨਹੀਂ ਦੇ ਸਕਦਾ ਚਾਹੇ ਸਾਰਾ ਕੁਝ ਹੀ ਦੇ ਦਿਓ। ਅੱਜ ਵਿੱਚ ਤੁਹਾਨੂੰ ਲੱਗਦਾ ਹੈ ਕਿ ਵਾਕਈ ਸਰਬਜੀਤ ਸਿੰਘ ਖਾਸਤੇ ਖਿਲਾਫ ਉਮੀਦਵਾਰ ਸ਼ਾਇਦ ਨਾ ਖੜਾ ਕੀਤਾ ਜਾਵੇ ਤਾਂ ਠੀਕ ਰਹਿੰਦਾ। ਮੈਂ ਜੋ ਰੈ ਦੇਣੀ ਹੈ ਨਾ ਆਪਦੀ ਬਰਾੜ ਸਾਹਿਬ ਮੈਂ ਪਾਰਟੀ ਦੇ ਵਿੱਚ ਦੇਵਾਂਗਾ। ਅੱਜ ਮੈਂ ਤੁਹਾਡੇ ਇਹਦੇ ਤੇ ਰਾਇਆਂ ਦੇ ਕੇ ਟੀਆਰਪੀ ਨਹੀਂ ਆਪਦੀ ਵਧਾਉਣੀ। ਜੋ ਮੇਰੀ ਰੈ ਹੈ ਜਾਂ ਰੇ ਮੇਰੀ ਰੈ ਸੀ ਉਹ ਮੈਂ ਪਾਰਟੀ ਪਲੇਟਫਾਰਮ ਤੇ ਦੇਵਾਂਗਾ। ਹਾਂ ਪਰ ਮੈਂ ਇਹ ਗੱਲ ਬੜੀ ਸਪਸ਼ਟਤਾ ਨਾਲ ਕਹਿਣਾ ਹੈ ਕਿ ਲੱਖ ਵਾਰੀ ਵੀ ਸਰਦਾਰ ਬਿਆਨਤ ਸਿੰਘ ਸ਼ਹੀਦ ਭਾਈ ਬਿਆਨਤ ਸਿੰਘ ਦੇ ਪਰਿਵਾਰ ਨੂੰ ਜਿੰਨਾ ਮਾਣ ਦੇ ਦिएਗੇ ਤਾਂ ਵੀ ਦੇਣ ਨਹੀਂ ਦਿੱਤਾ ਜਾ ਸਕਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਮੈਂ ਇਲੈਕਸ਼ਨ 'ਚ ਵੀ ਕਹਿੰਦਾ ਰਿਹਾ ਕਿ ਸ਼ਾਇਦ ਉਹਦਾ ਪੁੱਤਰ ਉਹਦੇ ਇੰਨੀ ਸਤਕਾਰਨਾ ਕਰਦਾ ਹੋਵੇ ਜਿੰਨਾ ਅਸੀਂ ਕਰਦੇ ਹਾਂ ਪਰ ਉਸ ਬੰਦੇ ਦਾ ਕਿਰਦਾਰ ਤਾਂ ਦੇਖੋ ਯਾਰ ਜਿਹੜਾ ਜਿਹਨੂੰ ਆਪਾਂ ਐਮਪੀ ਬਣਾਇਆ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਇਹ ਤੋਂ ਅੱਗੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਾਂ ਪਰ ਜਿਹੜੀ ਮੇਰੀ ਰਹਿ ਹੈ ਉਹ ਮੈਂ ਪਾਰਟੀ ਪਲੇਟਫਾਰਮ ਤੇ ਦਿਆਂਗਾ ਪਾਰਟੀ ਦੇ ਬਾਹਰ ਐਵੇਂ ਬਣ ਕੇ ਮਗਰੋਂ ਰਿਜ਼ਲਟਾਂ ਤੋਂ ਬਾਅਦ ਮੈਂ ਵੇਖ ਕੇ ਸਾਰਾ ਮਾਹੌਲ ਜੇ ਤੈਨੂੰ ਉਦੋਂ ਇੰਨਾ ਫਰਕ ਲੱਗਦਾ ਸੀ ਫਿਰ ਇਲੈਕਸ਼ਨ ਦੇ ਦੌਰਾਨ ਕਿਉਂ ਨਾ ਛੱਡ ਕੇ ਗਿਆ ਜਵਾਬ ਦੇਵੇਂ ਨਾ ਇਸ ਗੱਲ ਦਾ ਜਦੋਂ ਸ਼ਹੀਦ ਭਾਈ ਬਿਆਨ ਸਿੰਘ ਦੇ ਪਰਿਵਾਰ ਨੂੰ ਟਿਕਟ ਨਹੀਂ ਛੱਡੀ ਅਕਾਲੀ ਦਲ ਨੇ ਜਾਂ ਅਮਰਤਪਾਲ ਸਿੰਘ ਦੇ ਵਾਸਤੇ ਟਿਕਟ ਨਹੀਂ ਛੱਡੀ ਅਕਾਲੀ ਦਲ ਨੇ ਫਿਰ ਕਿਉਂ ਨਾ ਛੱਡਿਆ ਚਰਨਜੀਤ ਸਿੰਘ ਬਰਾੜ ਨੇ ਉਦੋਂ ਰਿਜ਼ਲਟ ਏਕ ਦਾ ਸੀ ਵੀ ਚੰਗੇ ਰਿਜ਼ਲਟ ਆਗੇ ਤਾਂ ਸੁਖਬੀਰ ਜੀ ਸੁਖਬੀਰ ਸਿੰਘ ਬਾਦਲ ਨਾਲ ਜਿਵੇਂ ਪਹਿਲਾਂ ਗੱਡੀ 'ਚ ਚੜਿਆ ਚੜਿਆ ਰਹੂੰਗਾ ਸਾਨੂੰ ਤਾਂ ਗਿਲਾ ਸੁਖਬੀਰ ਸਿੰਘ ਬਾਦਲ ਤੱਕ ਵੀ ਹੈ ਯਾਰ ਕੀ ਇਹੋ ਜਿਹੇ ਬੰਦੇ ਨੂੰ ਪਿਛੋਕੜ ਦਾ ਵੇਖਿਆ ਕਰੋ ਕੀ ਪਛੋਕੜ ਐ ਇਹਨਾਂ ਬੰਦਿਆਂ ਦਾ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਨੂੰ ਚੁਗਲੀਆਂ ਕਰ ਕਰ ਪਰਿਵਾਰ ਤੋੜ ਕਰਾਇਆ ਚੁਗਲੀਆਂ ਕਰ ਕਰ ਮੈਂ ਕਹੂੰਗਾ ਪਰਿਵਾਰ ਤੋੜ ਕਰਾਇਆ ਮੁੜ ਕੇ ਵੇਖਿਆ ਪੀਪੀਪੀ ਕਿਤੇ ਨਹੀਂ ਜਾਂਦੀ ਪਿੱਠ 'ਚ ਮਾਰਿਆ ਛੋੜਿਆ ਚੁਰਾ ਪਰਚੇ ਦਰਜ ਹੋਣ ਲੱਗੇ ਸੁਖਬੀਰ ਸਿੰਘ ਬਾਦਲ ਦੇ ਪੈਰੀਂ ਆੜ ਗਏ ਉਹ ਭਈ ਜਿਹੜਾ ਮਨਪ੍ਰੀਤ ਸਿੰਘ ਬਾਦਲ ਦਾ ਨਹੀਂ ਹੋਇਆ ਜਿਨੇ ਇਹਨੂੰ ਤਹਿਸੀਲਦਾਰ ਤੱਕ ਲਾਤਾ ਯਾਰ ਥੋੜਾ ਕਿੱਥੋਂ ਹੋ ਜੂਗਾ ਇਹੇ ਇੱਕ بڑا ਵੱਡਾ ਮਸਲਾ ਜਿਹਨੂੰ ਲੈ ਕੇ ਅਕਾਲੀ ਦਲ ਅੱਜ ਤਿੱਕਰ ਕਿਤੇ ਨਾ ਕਿਤੇ ਕੱਲ ਨੂੰ ਲੱਗਦਾ ਵੀ ਜਿਹੜੇ ਹਾਲਾਤ ਪੈਦਾ ਹੋਏ ਜਾਂ ਜਿਹੜੇ ਐਲੀਗੇਸ਼ਨ ਲੱਗ ਗਏ ਸੌਦਾ ਸਾਧ ਨੂੰ ਮਾਫੀ ਦਾ ਮਸਲਾ ਵੀ ਉਹਨਾਂ ਨੇ ਉਹ ਚਿੱਠੀ ਦੇ ਵਿੱਚ ਲਿਖਿਆ ਕਹਿੰਦੇ ਕਿ ਅਕਾਲੀ ਦਲ ਦੇ ਜਿਹੜੇ ਹਾਲਾਤ ਨੇ ਸਾਨੂੰ ਉਸ ਰੱਬ ਨੇ ਮਾਫ ਨਹੀਂ ਕੀਤਾ ਉਸ ਮਾਫੀ ਦੇ ਵਿੱਚ ਕਹਿੰਦੇ ਜਿਹੜੇ ਜਿਹੜੇ ਸ਼ਾਮਲ ਸੀ ਅਕਾਲੀ ਦਲ ਦੇ ਉਹ ਹਾਲਾਤ ਹੈ ਪਰ ਉਹ ਕਹਿੰਦੇ ਕਿ ਵੀ ਬਾਰਸੀ ਮਰਤਕੌਰ ਬਾਦਲ ਕਿਉਂਕਿ ਉਸ ਮਸਲੇ ਦੀ ਕਿਸੇ ਮੀਟਿੰਗ ਦਾ ਹਿੱਸਾ ਨਹੀਂ ਸੀ ਇਸ ਕਰਕੇ ਹੋ ਜਿੱਤ ਗਏ ਦੇਖੋ ਗੱਲ ਇਹ ਹੈ ਜਿਹੜੀ ਆ ਸੌਦੇ ਸਾਧ ਦੀ ਮਾਫੀ ਵਾਲੀ ਗੱਲ ਹੈ ਇਹ ਸਿੱਧਾ ਸਵਾਲ ਫਿਰ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਖੜਾ ਕਰ ਰਹੇ ਹੋ ਤੁਸੀਂ ਅਕਾਲੀ ਦਲ ਤੇ ਸਵਾਲ ਤਾਂ ਬਾਅਦ ਚ ਖੜਾ ਹੁੰਦਾ ਹੈ ਮਾਫੀ ਦਿੱਤੀ ਕਿਨੇ ਅਕਾਲ ਤਖਤ ਸਾਹਿਬ ਨੇ ਮਾਫੀ ਵਾਪਸ ਕਿਨੇ ਲਈਤੀ ਅਕਾਲ ਤਖਤ ਸਾਹਿਬ ਨੇ ਫਿਰ ਇਹਦਾ ਮਤਲਬ ਤੁਸੀਂ ਸਿੱਧਾ ਡਾਇਰੈਕਟਲੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਵਾਲ ਹੀ ਖੜਾ ਕਰ ਰਹੇ ਹੋ ਨਾ ਵੀ ਜਥੇਦਾਰ ਐਡਾ ਕਮਜ਼ੋਰ ਸੀ ਜਾਂ ਸੰਸਥਾ ਐਡੀ ਕਮਜ਼ੋਰ ਸੀ ਕਿ ਤੁਸੀਂ ਪ੍ਰੈਸ਼ਰ ਦੇ ਵਿੱਚ ਆ ਕੇ ਦੇਤਾ ਐਂਡ ਇਹ ਇਹਦਾ ਮਤਲਬ ਜੇ ਇਹਨੂੰ ਪਤਾ ਹੈ ਬੀਬਾ ਹਰਸਿਮਰਤ ਕੌਰ ਜੀ ਨਹੀਂ ਸੀ ਉਹਦਾ ਹਿੱਸਾ ਜਾਂ ਕੌਣ-ਕੌਣ ਸੀ ਉਹਦਾ ਹਿੱਸਾ ਇਹਦਾ ਮਤਲਬ ਫਿਰ ਇਹ ਵਿੱਚ ਬੈਠਾ ਸੀ ਉਹਦੇ ਮੁੱਖ ਸਲਾਹਕਾਰ ਤਾਂ ਇਹੀ ਸੀ ਨਾ ਪੋਲੀਟੀਕਲ ਐਡਵਾਈਜ਼ਰ ਤਾਂ ਇਹੀ ਸੀ ਦਫਤਰ ਸਰਕਾਰ ਦੇ ਵੇਲੇ ਤਾਂ ਸਭ ਚੰਗਾ ਸੀ 5 ਸਾਲ ਮੁੱਖ ਮੰਤਰੀ ਦੇ ਡਿਪਟੀ ਮੁੱਖ ਮੰਤਰੀ ਦੇ ਅਸੀਂ ਐਡਵਾਈਜ਼ਰ ਬਣ ਕੇ ਰਹੇ ਆ ਤੇ ਉਦੋਂ ਮਗਰੋਂ ਵੀ ਸਭ ਚੰਗਾ ਸੀ ਜਦੋਂ ਯਾਰ ਤੁਸੀਂ ਮੈਂ ਤਾਂ ਫਿਰ ਇਹਦੇ ਬੋਲਾਂ ਤੇ ਹੀ ਆਉਂਗਾ ਨਾ ਮਨਪ੍ਰੀਤ ਨੂੰ ਕਿਉਂ ਛੱਡਿਆ ਕਿ ਮੈਨੂੰ ਉਹਨੇ ਕਿਹਾ ਵੀ ਤੂੰ ਇਲੈਕਸ਼ਨ ਨਹੀਂ ਲੜਨੀ ਮੈਂ ਹੱਥ ਬੰਨ ਤੇ ਉਹਨੂੰ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਛੱਡਿਆ ਮੈਨੂੰ ਪਟਿਆਲੇ ਦੀ ਟਿਕਟ ਨਹੀਂ ਦਿੱਤੀ ਮੈਨੂੰ ਦਫਤਰ ਦਾ ਚਾਰਜ ਨਹੀਂ ਦਿੱਤਾ ਫਿਰ ਹਰ ਚੀਜ਼ ਮੈਂ ਹੀ ਹੋ ਗਿਆ ਨਾ ਮੈਂ ਹੌਮਾ ਮੇਰੇ ਨਾਲੋਂ ਸਿਆਣਾ ਕੋਈ ਨਹੀਂ ਮੇਰੇ ਨਾਲੋਂ ਅਕਲਮੰਦ ਕੋਈ ਨਹੀਂ ਮੇਰੇ ਨਾਲੋਂ ਕਾਬਲ ਕੋਈ ਨਹੀਂ ਬੰਟੀ ਜੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਪਰ ਮੇਰੇ ਨਾਲੋਂ ਇਹ ਵੀ ਦੱਸ ਦੋ ਵਫਾਦਾਰ ਵੀ ਕੋਈ ਹੈ ਕਿ ਨਹੀਂ ਹੈ ਇਹ ਵੀ ਚਾਨਣਾ ਪਾ ਦਿਓ ਨਾ ਵਫਾਦਾਰੀ ਕਿਹਦੇ ਨਾਲ ਨਿਭਾਈ ਅੱਜ ਤੱਕ ਜੇ ਬਾਦਲ ਪਰਿਵਾਰ ਦੀ ਇਹ ਗੱਲ ਕਰਦਾ ਹੈ ਨਾ ਜਿਹਦੀ ਵੀ ਕਈ ਉਹ ਕਹਿੰਦੇ ਸਕਰੀਨ ਸਿਰ ਵਾਲੀ ਫੋਟੋ ਅੱਜ ਵੀ ਮੇਰੇ ਘਰੇ ਲੱਗੀ ਆ ਉਹ इमोशनल ਵੀ ਹੋਏ ਨਜ਼ਰ ਆਏ ਕਹਿੰਦੇ ਮੈਂ ਤਾਂ ਅੱਜ ਵੀ ਉਹਨਾਂ ਦੇ ਨਾਲ ਆ ਯਾਰ ਇਹ ਡਰਾਮਾ ਮੈਂ ਬਾਹਰ ਖੜ ਕੇ ਗਾਲਾਂ ਕੱਢੀ ਜਾਵਾਂ ਪੁੱਠਾ ਸਿੱਧਾ ਬੋਲੀ ਜਾਵਾਂ ਠੀਕ ਹੈ ਤੇ ਮੈਂ ਘਰੇ ਕਹਿਦਾ ਮੇਰੇ ਫੋਟੋ ਲੱਗੀ ਆ ਕੀ ਫਾਇਦਾ ਉਸ ਗੱਲ ਦਾ ਜੀ ਮੈਨੂੰ ਇਹ ਮੈਂ ਇਹ ਗੱਲ ਸਪਸ਼ਟ ਤਰ੍ਹਾਂ ਨਾਲ ਪੁੱਛਣਾ ਚਾਹਣਾ ਹੈ ਵਫਾਦਾਰੀ ਨਿਭਾਈ ਕੀ ਦੇ ਨਾਲ ਹੈ ਮੈਂ ਤਾਂ ਉਹੀ ਗੱਲ ਕਰਦਾ ਬਾਦਲ ਪਰਿਵਾਰ ਨੂੰ ਜਾਂ ਬਾਦਲ ਸਾਹਿਬ ਨੂੰ ਐਡਾ ਕੱਚਾ ਸੀ ਸਮਝ ਲਿਆ ਜਿਵੇਂ ਇਹ ਦੀ ਮੈਂ ਇੰਟਰਵਿਊ ਵੇਖ ਰਿਹਾ ਸੀ ਕਹਿੰਦਾ ਮੈਨੂੰ ਕਹਿ ਰਿਹਾ ਮਨਪ੍ਰੀਤ ਨੂੰ ਚੁਗਲੀਆਂ ਕਰ ਕਰ ਰਹੇ ਨੇ ਅ ਮਤਲਬ ਪਾਸੇ ਕਰਤਾ ਕਹਿੰਦਾ ਮਨਪ੍ਰੀਤ ਕੋਈ ਬੱਚਾ ਸੀ ਤੇ ਫਿਰ ਸੁਖਵੀਰ ਸਿੰਘ ਬਾਦਲ ਬੱਚਾ ਪ੍ਰਕਾਸ਼ ਸਿੰਘ ਬਾਦਲ ਬੱਚਾ ਸੀ ਸੁਖਵੀਰ ਸਿੰਘ ਬਾਦਲ ਨੇ ਜਾਂ ਬਾਦਲ ਪਰਿਵਾਰ ਦਾ ਜਿਹੜਾ ਵਫਾਦਾਰੀ ਦਾ ਟੈਸਟ ਹੈ ਨਾ ਉਹ ਪਾਸ ਕਰਨਾ ਬੜਾ ਔਖਾ ਹੈ 50 50 ਸਾਲ ਲੱਗ ਜਾਂਦੇ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ 70 ਤੋਂ ਲੱਗਿਆ ਸਾਡੇ ਪਰਿਵਾਰ 52 ਸਾਲ ਬਾਅਦ ਆ ਕੇ ਟਿਕਟ ਮਿਲੀ ਅਸੀਂ ਤਾਂ ਕਦੇ ਨਹੀਂ ਛੱਡਿਆ ਅੱਛਾ ਕਲਿਆਲ ਦੇ ਵਿੱਚ ਪਹਿਲਾਂ ਵੀ ਕਈ ਸੀਨੀਅਰ ਆਗੂ ਪਾਰਟੀ ਛੱਡ ਕੇ ਗਏ ਕਈਆਂ ਨੂੰ ਟੀਟਸਾ ਸਾਨੂੰ ਵਾਪਸ ਵੀ ਲਿਆਂਦਾ ਗਿਆ ਉਸ ਤੋਂ ਬਾਅਦ ਫਿਰ ਟਿਕਟ ਨੂੰ ਲੈ ਕੇ ਜਿਸ ਤਰ੍ਹਾਂ ਦੇ ਉਹਨਾਂ ਨਾਲ ਵੀ ਹਲਾਅ ਚੱਲ ਰਹੇ ਨੇ ਹੋਰ ਵੀ ਕਈ ਆਗੂਆਂ ਦੇ ਬਿਆਨ ਆਉਂਦੇ ਨੇ ਤਾਂ ਐਸੇ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਕਾਲੀ ਦਲ ਨੂੰ ਕੋਈ ਡੈਮੇਜ ਤਾਂ ਨਹੀਂ ਹੋਏਗਾ ਜਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਬਾਗੀ ਸੁਰ ਅਗਰ ਹੋਰ ਨਜ਼ਰ ਆਉਂਦੇ ਨੇ ਬ੍ਰਦਰ ਇੱਕ ਮੈਂ ਤੁਹਾਨੂੰ ਦੱਸਾਂ ਮੇਰੀ ਬੜੀ ਕਲੀਅਰ ਹੈ ਵਿਰਾਟ ਸਾਹਿਬ ਇੱਕ ਸਰਪੰਚ ਵੀ ਛੱਡ ਕੇ ਚਲੇ ਜਾਵੇ ਨਾ ਉਹਦਾ ਵੀ ਨੁਕਸਾਨ ਪਾਰਟੀ ਨੂੰ ਹੁੰਦਾ ਹੈ ਤੁਸੀਂ ਤਾਂ ਬੜੇ ਵੱਡੇ ਵੱਡੇ ਨਾਂ ਲੈ ਰਹੇ ਹੋ ਮੈਂ ਬਹੁਤ ਕਲੀਅਰ ਐ ਇਸ ਮਸਲੇ ਤੇ ਮੇਰੇ ਹਲਕੇ ਦੇ ਵਿੱਚ ਇੱਕ ਮੇਰਾ ਪਿੰਡ ਦਾ ਸਰਪੰਚ ਨਰਾਜ਼ ਹੋ ਰਿਹਾ ਸੀ ਤੇ ਕੁਦਰਤੀ ਸਾਡੇ ਇਹ ਸੀ ਕਿ ਸੁਖਬੀਰ ਜੀ ਦੀ ਤਰੀਕ ਆ ਗਈ ਉੱਥੇ ਪ੍ਰਧਾਨ ਸਾਹਿਬ ਦੀ ਫਰੀਦਕੋਟ ਮੈਂ ਹੱਥ ਬੰਨ ਕੇ ਹੱਥ ਜੋੜ ਕੇ ਉਹਨਾਂ ਨੂੰ ਉਹ ਸਰਪੰਚ ਦੇ ਘਰੇ 18 ਕਿਲੋਮੀਟਰ ਦੂਰ ਪਿੰਡ ਸੀ ਉੱਥੇ ਲੈ ਕੇ ਗਿਆ ਵੀ ਇਹ ਕਾਲੀ ਦਲ ਦਾ ਵਰਕਰ ਐ 40 ਸਾਲ ਦਾ ਪਿੰਡ ਦਾ ਸਰਪੰਚ ਐ ਇਹਨੂੰ ਜ਼ਰੂਰ ਮਨਾਈਏ جا کے اوتھے ਮਨਾ ਕੇ ਸਾਡੇ ਹਲਕੇ ਆਰੇ ਮੇਰਾ ਕਹਿਣ ਤੋਂ ਪਾਵੇ ਐ ਕਿ ਕੋਸ਼ਿਸ਼ ਕਰਦੇ ਆਂ ਅਸੀਂ ਤਾਂ ਕੋਈ ਨਾ ਨਿਕੜੇ ਪਾਰਟੀ ਚ ਚਰਨੀ ਸਿੰਘ ਬਰਾੜ ਨੂੰ ਫਿਰ ਕੋਸ਼ਿਸ਼ ਹੋਈ ਵੀ ਉਹਨਾਂ ਨੂੰ ਰੋਕ ਲਿਆ ਜਾਵੇ ਜਾਂ ਚਰਨੀ ਸਿੰਘ ਬਰਾੜ ਨੂੰ ਸਮਝਾਉਣ ਦੀ ਕੋਈ ਗਲਤੀ ਨੂੰ ਦੂਰ ਕਰਨ ਦੀ ਕੋਸ਼ਿਸ਼ ਹੋਈ ਮੈਨੂੰ ਕਿਸੇ ਹੋਰ ਨੇ ਕੀਤੀ ਨਹੀਂ ਕੀਤੀ ਮੈਨੂੰ ਨਹੀਂ ਪਤਾ ਹਾਂ ਪਰ ਜੇ ਐ ਬੈਲਿਸਟਿਕ ਨਾ ਨਾ ਹੁੰਦਾ ਇਹ ਫਾਲਤੂ ਗੱਲਾਂ ਨਾ ਕਰਦਾ ਹਾਂ ਮੈਂ ਜ਼ਰੂਰ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਇਮਾਨਦਾਰੀ ਨਾਲ ਗੱਲ ਕਰਦਾ ਪਰ ਇਹਨੇ ਨਿਕਲਦੇ ਸਾਰ ਜਿਵੇਂ ਪਤਾ ਨਹੀਂ ਕਿਹੜਾ ਪੈਟਰੋਲ ਪੀਤਾ ਹੁੰਦਾ ਉਹ ਜਿਹੜਾ ਪੁਰਾਣਾ ਜਿਹੜਾ ਘੜੁਕਾ ਸੀ ਸ਼ਾਇਦ ਉਹਦੇ ਤੇ ਹੀ ਦੁਬਾਰਾ ਸਵਾਰ ਹੋ ਗਿਆ ਫੜ 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 ਕਰਕੇ ਛੱਡਦਾ ਤੇ ਫਿਰ ਫਾਇਦਾ ਕੀ ਗੱਲ ਕਰਨ ਦਾ ਜੀ ਹਲੇ ਉਹ ਪਾਰਟੀ ਦੇ ਵਿੱਚ ਉਹਦੇ ਦਾਰ ਵੀ ਨੇ ਪਾਰਟੀ ਦਾ ਹਿੱਸਾ ਨੇ ਤਾਂ ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਗੱਲਬਾਤ ਹੋ ਸਕਦੀ ਹੈ ਜਾਂ ਕੀ ਹਾਲਾਤ ਹੋ ਸਕਦੇ ਨੇ ਜਾਂ ਪਾਰਟੀ ਉਹਦੇ ਖਿਲਾਫ ਕੋਈ ਸਖਤ ਕਾਰਵਾਈ ਕਰ ਸਕਦੀ ਦੇਖੋ ਮੈਂ ਇਸ ਹیثیت ਚ ਨਹੀਂ ਮੈਂ ਇਸ ਪੋਜੀਸ਼ਨ ਚ ਨਹੀਂ ਕਿ ਮੈਂ ਇਸ ਗੱਲ ਤੇ ਕਹਿ ਸਕਾਂ ਕਿ ਪਾਰਟੀ ਕੋਈ ਐਕਸ਼ਨ ਲਊਗੀ ਜਾਂ ਪਾਰਟੀ ਮਨਾਊਗੀ ਮੇਰੀ ਨੌਲੇਜ ਨਹੀਂ ਹੈ ਨਾ ਹੈ ਕਿਸੇ ਖਿਲਾਫ ਐਕਸ਼ਨ ਲੈਣਾ ਮੇਰੀ ਅਧਿਕਾਰ ਖੇਤਰ ਦੇ ਵਿੱਚ ਇਹ ਪਾਰਟੀ ਹੈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਕੋਰ ਕਮੇਟੀ ਹੈ ਹਾਂ ਸਾਰੇ ਫੈਸਲੇ ਕੋਰ ਕਮੇਟੀ ਚ ਹੁੰਦੇ ਆ ਗੱਲ ਮੈਂ ਜ਼ਰੂਰ ਕਹਿਣ ਨੂੰ ਤਿਆਰ ਹਾਂ ਪਰ ਫਿਰ ਇਹ ਵੀ ਹੈ ਗੱਲ ਕਿ ਜਿਹੜੇ ਫੈਸਲੇ ਠੀਕ ਹੋ ਜਾਂਦੇ ਆ ਉਹ ਮੈਨੂੰ ਯਾਦ ਆ ਮਨਤਾਰ ਸਿੰਘ ਬਰਾੜ ਨੇ ਮੈਨੂੰ ਗੱਲ ਸੁਣਾਈ ਕਹਿੰਦਾ ਮੈਂ ਕੋਰ ਕਮੇਟੀ ਚ ਕਈ ਗੱਲ ਕੀ ਕਹਿੰਦਾ ਮੈਂ 6 ਟਿਕਟਾਂ 6 ਵਾਰੀ ਇਲੈਕਸ਼ਨ ਲੜਿਆ ਸਰਦਾਰ ਮਨਤਾਰ ਸਿੰਘ ਬਰਾੜ ਸਾਡੇ ਕੋਟਪੂਰੇ ਤੋਂ ਲੜਦੇ ਆ ਕੋਰ ਕਮੇਟੀ ਦੇ ਮੈਂਬਰ ਵੀ ਆ ਮੇਰੇ ਤਾਂ ਚਲੋ ਵਸੇਰ ਵੀ ਆ ਕਹਿੰਦਾ ਜਦੋਂ ਤਿੰਨ ਮੈਂ ਜਿੱਤਿਆ ਤਿੰਨ ਆ ਰਿਆ ਜਦੋਂ ਤੋਂ ਮੈਂ ਤਿੰਨ ਜਿੱਤਿਆ ਉਦੋਂ ਤਾਂ ਸਾਰੇ ਮੇਰੇ ਭੈਣ ਭਰਾ ਮੇਰੇ ਵਰਗੇ ਆ ਜਾਂਦੇ ਸੀ ਵੀ ਮੈਂ ਵੀ ਉਸ ਪਿੰਡ ਬੜਾ ਜ਼ੋਰ ਲਾਇਆ ਵੋਟਾਂ ਵਧ ਗਈਆਂ ਮੈਂ ਉਸ ਵਾਰਡ ਚ ਫਲਾਣਾ ਬੰਦਾ ਪਟਿਆ ਵੋਟਾਂ ਵਧ ਗਈਆਂ ਕਹਿੰਦਾ ਜਦੋਂ ਇਲੈਕਸ਼ਨ ਮੈਂ ਹਾਰ ਜਾਂਦਾ ਸੀ ਉਦੋਂ ਇਹ ਆ ਜਾਂਦਾ ਸੀ ਯਾਰ ਮਨਤਾਰ ਤੇਰੀ ਚ ਨਾ ਨੁਕਸ ਹੈ ਅਸਲ ਚ ਲੋਕ ਇਸ ਚੀਜ਼ ਨੂੰ ਲਾਈਕ ਨਹੀਂ ਕਰਦੇ ਸੋ ਅੰਗਰੇਜ਼ੀ ਦੇ ਵਿੱਚ ਨਾ ਇੱਕ ਕਹਾਵਤ ਹੈ ਸਕਸੈਸ ਹੈਜ਼ ਮਨੀ ਫਾਦਰਸ ਫੇਲਿਅਰ ਇਜ਼ ਐਨ orphans ਫੇਲਿਅਰ ਨੂੰ ਕੋਈ ਨਹੀਂ ਔਨ ਕਰਦਾ ਪਰ ਜਿੱਥੇ ਕਿਤੇ ਕਮੀਆਂ ਪੇਸ਼ੀਆਂ ਸਾਡੇ ਤੋਂ ਵੀ ਰਹੀਆਂ ਅਸੀਂ ਮਰਦਾਂ ਵਾਲੀ ਗੱਲ ਕਰਾਂਗੇ ਡਰਨ ਵਾਲੇ ਬੰਦੇ ਨਹੀਂ ਨਹੀਂ ਬੰਟੀ ਨੂੰ ਕਿਤੇ ਇਹ ਨਹੀਂ ਲੱਗਦਾ ਵੀ ਯਾਰ ਵੀ ਹਰ ਜਗ੍ਹਾ ਤੇ ਬੰਟੀ ਬੰਟੀ ਹੋਈ ਪਈ ਐ ਬੰਟੀ ਕਰਕੇ ਪਾਰਟੀ ਨੁਕਸਾਨ ਹੋ ਗਿਆ ਬੰਟੀ ਪ੍ਰਧਾਨ ਸਾਹਿਬ ਨੂੰ ਬੰਟੀ ਹੋਰਾਂ ਦੀ ਜਿਹੜੀ ਇੱਕ ਟੋਲੀ ਆ ਉਹ ਘੇਰੀ ਫਿਰਦੀ ਆ ਕਿਤੇ ਐ ਨਹੀਂ ਲੱਗਦਾ ਵੀ ਯਾਰ ਵੀ ਮੇਰੇ ਤੇ ਇੰਨੇ ਵੱਡੇ ਸਵਾਲ ਉੱਠ ਖੜੇ ਵੀ ਕਿਉਂ ਉੱਠ ਖੜੇ ਕਿਤੇ ਉਸ ਗੱਲ ਨੂੰ ਲੈ ਕੇ ਚਰਚਾ ਹੋਈ ਜੇ ਸਵਾਲ ਆਦਿ ਨੇ ਕਿਹਾ ਵੀ ਕੀ ਚੱਕਰ ਆ ਵੀ ਇੰਨਾ ਕਰੇ ਵੀ ਗੱਲ ਪਹੁੰਚਦੀ ਆ ਮੇਰੇ ਘਰ ਦੇ ਨਾ ਪੋਲਿਟਿਕਸ ਤੋਂ ਬੜੇ ਦੂਰ ਹੈ ਠੀਕ ਹੈ ਘਰ ਚ ਮਾਤਾ ਪਿਤਾ ਤਾਂ ਹੈ ਨਹੀਂ ਬੱਚੇ ਛੋਟੇ ਐ ਵਾਈਫ ਐ ਮੇਰੀ ਉਹ ਪੋਲਿਟਿਕਸ ਤੋਂ ਬੜੀ ਦੂਰ ਐ ਉਹ ਸਿਰਫ ਸਾਡੀ ਇਲੈਕਸ਼ਨ ਚ ਜਿੱਥੇ ਹੁੰਦੀ ਐ ਉੱਥੇ ਜਿੰਨੀ ਕੋ ਦੀ ਜ਼ਿੰਮੇਵਾਰੀ ਲਾ ਦੀਏ ਉਨੀ ਕੁ ਨਭਾ ਲੈਂਦੀ ਜਿੱਥੋਂ ਤੱਕ ਤੁਸੀਂ ਨਾਂ ਦੀ ਚਰਚਾ ਦੀ ਗੱਲ ਕੀਤੀ ਹਾਂ ਕਿਸੇ ਜ਼ਿੰਮੇਵਾਰ ਬੰਦੇ ਨੇ ਕਿਸੇ ਸਿਆਣੇ ਬੰਦੇ ਨੇ ਕਿਸੇ ਅਕਲਮੰਦ ਬੰਦੇ ਨੇ ਕਿਸੇ ਸੀਨੀਅਰ ਬੰਦੇ ਨੇ ਗੱਲ ਕੀਤੀ ਹੁੰਦੀ ਜ਼ਰੂਰ ਚਿੰਤਾ ਹੁੰਦੀ ਤੇ ਜਾ ਕੇ ਮੈਂ ਉਸ ਬਜ਼ੁਰਗ ਤੋਂ ਪੁੱਛਦਾ ਵੀ ਵੀ ਅੰਕਲ ਦੱਸੋ ਮੇਰੇ ਚ ਕੀ ਕਮੀ ਐ ਜਾਂ ਬਾਈ ਜੀ ਦੱਸੋ ਮੇਰੇ ਚ ਕੀ ਕਮੀਆਂ ਮੈਂ ਸੁਧਾਰ ਕਰੂੰਗਾ ਚਰਨਜੀਤ ਵਰਗੇ ਬੰਦਿਆਂ ਤੇ ਯਾਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਤਾ ਵੀ ਪ੍ਰਧਾਨ ਸਾਹਿਬ ਤੇ ਸਾਨੂੰ ਗਿਲਾ ਹੈ ਕਿ ਤੁਸੀਂ ਬੰਦੇ ਦਾ ਬੈਕਗ੍ਰਾਉਂਡ ਹੀ ਨਹੀਂ ਚੈੱਕ ਕੀਤਾ ਤੁਸੀਂ ਲਿਆ ਕੇ ਦਫ਼ਤਰ ਦੀਆਂ ਕੁੰਜੀਆਂ ਉਹਨੂੰ ਫੜਾਤੀਆਂ ਹਰ ਚੀਜ਼ ਹੁੰਦੀ ਸੀ ਚਰਨਜੀਤ ਨੂੰ ਪੁੱਛ ਲਓ ਹਰ ਜੀ ਚ ਹੁੰਦੀ ਸੀ ਚਰਨਜੀਤ ਲਿਸਟਾਂ ਬਣਾ ਦੇ ਚਰਨਜੀਤ ਨਾਲ ਗੱਲ ਕਰ ਲਓ ਕੋਈ ਰੈਲੀ ਕਰਾਉਣੀ ਚਰਨਜੀਤ ਨਾਲ ਗੱਲ ਕਰ ਲਓ ਉਦੋਂ ਤਾਂ ਸਾਰਾ ਕੁਝ ਉਹਨੂੰ ਫੜਾਤਾ ਸੀ ਲਿਆ ਕੇ ਆਖਰੀ ਸਵਾਲ ਹੈ ਜੀ ਪੰਜ ਪ੍ਰਧਾਨੀ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਪੰਜ ਪ੍ਰਧਾਨੀ ਬਣਾ ਦਿੱਤੀ ਜਾਵੇ ਪ੍ਰਧਾਨ ਸਾਹਿਬ ਨੂੰ ਇੱਕ ਵਾਰੀ ਅਰੈਸਟ ਮੋਰ ਤੇ ਚਲੇ ਜਾਣਾ ਚਾਹੀਦਾ ਇਸ ਚੀਜ਼ ਨੂੰ ਕਿਵੇਂ ਸਮਝਦੇ ਹੋ ਇੱਕ ਮੈਂ ਬ੍ਰਦਰ ਤੈਨੂੰ ਦੱਸਾਂ ਮੈਂ ਪਹਿਲਾਂ ਵੀ ਗੱਲ ਕਹਿ ਕੇ ਹਟਿਆ ਜੋ ਮੇਰੀ ਰਏ ਹੋਊਗੀ ਪਾਰਟੀ ਪਲੇਟਫਾਰਮ ਤੇ ਅੰਦਰ ਦਿਊਗਾ ਪਰ ਇੱਕ ਚੀਜ਼ ਸਪਸ਼ਟ ਕਰ ਦਈਏ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਸਾਰੇ ਵਰਕਰ ਡਟ ਕੇ ਚਟਾਨ ਵਾਂਗ ਸਦਾ ਸੁਖਬੀਰ ਸਿੰਘ ਬਾਦਲ ਨਾਲ ਖੜੇ ਆਂ ਕੱਲ ਵੀ ਸੀ ਅੱਜ ਵੀ ਸੀ ਗਾਂ ਵੀ ਆਂ ਜਿੱਥੇ ਲੜਾਈ ਲੱਗੂਗੀ ਜਿੱਥੇ ਸਾਡੀ ਜ਼ਿੰਮੇਵਾਰੀ ਹੋਊਗੀ ਹੱਕ ਡਾ ਕੇ ਮੂਹਰੇ ਖੜਾਂਗੇ ਤੇ ਕਿਸੇ ਤੋਂ ਘਬਰਾਉਣ ਆਲੇ ਨਹੀਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਠੀਕ ਹੈ ਮੈਨੂੰ ਮੈਂ ਤੁਹਾਨੂੰ ਸਵਾਲ ਕਰਦਾ ਅਰਵਿੰਦ ਕੇਜਰੀਵਾਲ ਸਿਟਿੰਗ ਮੁੱਖ ਮੰਤਰੀ ਹੈ ਦਿੱਲੀ ਦਾ ਸ਼ਾਇਦ 17 ਚੋਂ 62 ਕੇ 65 ਸੀਟਾਂ ਉਹਨਾਂ ਕੋਲੇ 7 ਚੋਂ 7 ਸੀਟਾਂ ਹਾਰ ਗਿਆ ਕਿਸੇ ਨੇ ਸਵਾਲ ਚੱਕਿਆ ਕਿ ਉਹਨੂੰ ਰਿਜ਼ਾਈਨ ਕਰਾਓ ਭਗਵੰਤਮਾਨ ਨੂੰ 92 ਸੀਟਾਂ ਆਈਆਂ ਸੀ 32ਾਂ ਤੇ ਰਹਿ ਗਿਆ ਕਿਸੇ ਨੇ ਸਵਾਲ ਚੱਕਿਆ ਉਹਨੂੰ ਤੁਸੀਂ ਉਹਨੂੰ ਰਿਜ਼ਾਈਨ ਕਰਾਓ ਐ ਪਾਰਟੀਆਂ ਨਹੀਂ ਚੱਲਦੀਆਂ ਹੁੰਦੀਆਂ ਪਾਰਟੀਆਂ ਤਕੜੀਆਂ ਕਰਨੀਆਂ ਪੈਂਦੀਆਂ ਜਦੋਂ ਪਾਰਟੀ ਇੱਕ ਵੀਕ ਫੇਜ਼ 'ਚੋਂ ਜਾਂਦੀ ਹੋਵੇ ਇੱਥੇ ਜਦੋਂ ਮਾੜਾ ਜਾਂ ਕੋਈ ਝਟਕਾ ਵੱਜਦਾ ਹੈ ਪ੍ਰਧਾਨ ਦੇ ਦੁਆਲੇ ਹੋ ਜਾਂਦੇ ਤੁਸੀਂ ਪ੍ਰਧਾਨ ਦੇ ਦੁਆਲੇ ਹੋ ਕੇ ਪਾਰਟੀ ਕਮਜ਼ੋਰ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਸੁਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਚੀ ਪਾਰਟੀ ਜਿਹੜੀ ਇਸੇ ਕੰਮ ਕਰ ਰਹੀ ਹੈ 200% 200% ਸਿਦਾਰ ਸੁਖਬੀਰ ਸਿੰਘ ਬਾਦਲ ਇਸ ਦਾ ਬੈਸਟ ਪਰਸਨ ਟੂ ਲੀਡ ਸ਼੍ਰੋਮਣੀ ਅਕਾਲੀ ਦਲ ਮੈਂ ਇੱਕ ਚੀਜ਼ ਹੋਰ ਦੱਸਾਂ ਮੈਂ ਪਿਛਲੇ ਸਮੇਂ ਚ ਦੇਖੋ ਵਾਚ ਦਾ ਬਹੁਤ ਹੈ ਪਰਿਵਾਰ ਚ ਸ਼ੁਰੂ ਤੋਂ ਪੋਲਿਟਿਕਸ ਦੇਖੀ ਹੈ ਠੀਕ ਹੈ ਟਕਸਾਲੀ ਕਈ ਆਪ ਦੇ ਆਪ ਤਿੰਨ ਤਿੰਨ ਚਾਰ ਚਾਰ ਵਾਰੀ ਵਜ਼ੀਰ ਵੀ ਰਹਿ ਗਏ ਸਾਡੇ ਬਜ਼ੁਰਗਾਂ ਨੇ ਵੀ ਓਨਾ ਓਨਾ ਟਾਈਮ ਹੀ ਲਾਇਆ ਪਾਰਟੀ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਵੀ 19 ਕੈ ਦੀ ਕੱਟੀ ਹੈ ਮੈਨੂੰ ਯਾਦ ਹੈ ਇੱਕ ਸਮਾਂ ਸੀ ਮੇਰੇ ਗ੍ਰੈਂਡਫਾਦਰ ਮੇਰੇ ਫਾਦਰ ਮੇਰੇ ਚਾਚੇ ਸਾਰੇ ਜੇਲ੍ਹ ਸੀ ਤੇ ਘਰੇ ਬੱਚੇ ਤੇ ਲੇਡੀਆਂ ਸੀ ਲੰਮਾ ਸਮਾਂ ਜੇਲ੍ਹ ਚ ਕੱਟ ਕੇ ਆਏ ਸੀ ਮੈਨੂੰ ਯਾਦ ਹੈ 78 79 ਦੀ ਗੱਲ ਹੋਣੀ ਹੈ ਐਗਜ਼ੈਕਟ ਸਾਲ ਨਹੀਂ ਯਾਦ ਮੈਂ 4-5 ਸਾਲਾਂ ਦਾ ਸੀ 4 ਕਿਸਾਲਾਂ ਦਾ ਮੈਂ ਉਹਦੇ ਫਾਦਰ ਦੀ ਮੁਲਾਕਾਤ ਕਰਕੇ ਆਇਆ ਸੀ ਲੁਧਿਆਣਾ ਜੇਲ੍ਹ ਦੇ ਵਿੱਚ ਸੋ ਅਸੀਂ ਵੀ ਬੜੀਆਂ ਕੈਦਾਂ ਕੱਟੀਆਂ ਬੜੀਆਂ ਬੜਾ ਕੁਝ ਕੀਤਾ ਪਾਰਟੀ ਨੇ ਸਭ ਨੂੰ ਬੜਾ ਕੁਝ ਦਿੱਤਾ ਟਾਈਮ ਹੈ ਪਾਰਟੀ ਦੇ ਨਾਲ ਖੜਨ ਦਾ ਟਾਈਮ ਹੈ ਪਾਰਟੀ ਨੂੰ ਤਕੜਿਆ ਕਰਨ ਦਾ ਤੁਸੀਂ ਮੈਂ ਮੈਂ ਗੱਲ ਪਤਾ ਨਹੀਂ ਕਿੱਥੋਂ ਸ਼ੁਰੂ ਹੋਈ ਸੀ ਮੇਰੀ ਮੇਰਾ ਮੈਂ ਜੋ ਗੱਲ ਕਹਿਣੀ ਚਾਹੁੰਦਾ ਸੀ ਸ਼ਾਇਦ ਮੇਰਾ ਫੋਕਸ 흘 ਗਿਆ ਬਟ ਪਾਰਟੀ ਦੇ ਨਾਲ ਤਕੜੇ ਹੋ ਕੇ ਖੜਨਾ ਚਾਹੀਦਾ ਹੈ ਇਹ ਜੇ ਸਮੇਂ ਦੇ ਵਿੱਚ ਹਰ ਇੱਕ ਬੰਦੇ ਨੂੰ ਬਾਕੀ ਬਾਕੀ ਲੀਡਰਸ਼ਿਪ ਨੂੰ ਤੇ ਚਰਨਜੀਤ ਬਰਾੜ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਉਤਰ ਪੁੱਤਰ ਜੀ ਸ਼ੁਰੂ ਹੋ ਗਈ ਹੈ ਨਾ ਤਾਂ ਦੇਖੋ ਬਾਕੀ ਲੀਡਰਸ਼ਿਪ ਮੇਰੇ ਤੋਂ ਸੀਨੀਅਰ ਹੈ ਸਾਰੀ ਸਿਆਣੇ ਹੈ ਸਾਰੇ ਮੇਰੇ ਤੋਂ ਮੇਰੇ ਤੋਂ ਵੱਧ ਤਜਰਬੇਕਾਰ ਹੈ ਨਾ ਮੈਂ ਉਹਨਾਂ ਦੀ ਕੋਈ ਇਹੋ ਜਿਹੀ ਗੱਲਬਾਤ ਸੁਣੀ ਹੈ ਸੋ ਮੈਂ ਉਹਦੇ ਤੇ ਕਿਉਂ ਕਮੈਂਟ ਕਰਾਂ ਚਰਨਜੀਤ ਸਿੰਘ ਬਰਾੜ ਪਾਰ ਤੇ ਉਹਨੂੰ ਮੇਰੇ ਸਲਾਹ ਦੇਣ ਦਾ ਕੋਈ ਮਕਸਦ ਹੀ ਨਹੀਂ ਹੈ ਜਿਵੇਂ ਇੱਕ ਕਹਿੰਦੇ ਨਾ ਉਹ ਭਲਾ ਹੋਇਆ ਲੱਡ ਨੇੜਿਓਂ ਟੁੱਟਿਆ ਅਸੀਂ ਵੇਖੋ ਮੈਨੂੰ ਨਹੀਂ ਪਤਾ ਸੀ ਉਹ ਇੰਨੀ ਕੜਤਨ ਲਈ ਫਿਰਦਾ ਆਪਦੇ ਮਨ ਦੇ ਵਿੱਚ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਤੁਹਾਨੂੰ ਆਫ ਕੈਮਰਾ ਵੀ ਮੈਂ ਇਹ ਗੱਲ ਹੀ ਕਹੀ ਹੈ ਕਹੀ ਹੈ ਕਿ ਨਹੀਂ ਕਹੀ ਹੈ ਮੇਰੇ ਮਨ ਚ ਕਿਸੇ ਪ੍ਰਤੀ ਇੰਨੀ ਕੜਤਨ ਹੋਵੇ ਨਾ ਮੈਂ ਅਣਖ ਵਾਲਾ ਬੰਦਾ ਮੈਂ ਉਹਨੂੰ ਬੁਲਾਵਾਂ ਨਾ ਕਦੇ ਜ਼ਿੰਦਗੀ ਚ ਤੇ ਇਹ ਤਾਂ ਰੋਜ਼ ਸਾਡੇ ਨਾਲ ਬਹਿ ਕੇ ਖਾਂਦਾ ਪੀਂਦਾ ਸੀ ਕੜਤਨ ਰੱਖ ਕੇ ਮਨ ਦੇ ਵਿੱਚ ਤੁਸੀਂ ਮਨ ਦੇ ਵਿੱਚ ਇੰਨੀ ਈਰਖਾ ਰੱਖ ਕੇ ਕਿਸੇ ਬੰਦੇ ਨਾਲ ਬਹਿ ਕੇ ਖਾ ਪੀ ਕਿਵੇਂ ਸਕਦੇ ਹੋ ਯਾਰ ਇਹ ਤਾਂ ਬੰਦੇ ਦਾ ਕੈਰੈਕਟਰ ਦੱਸਦਾ ਫਿਰ ਇਹ ਚੀਜ਼ਾਂ ਤਾਂ ਪਰਮਪੰਦ ਸਿੰਘ ਬੰਟੀ ਰਮਾਣਾ ਹੋਣੀ ਜਿਨ੍ਹਾਂ ਦੇ ਨਾਮ ਨੂੰ ਲੈ ਕੇ ਖੂਬ ਸਵਾਲ ਚੱਕੇ ਗਏ ਇੱਥੋਂ ਤੱਕ ਆ ਕਿਹਾ ਗਿਆ ਕਿ ਇਹ ਸਭ ਤੋਂ ਕਰੀਬੀ ਸਲਾਹਕਾਰ ਨੇ ਔਰ ਹੋਰ ਕਿਸੇ ਨੂੰ ਕਹਿੰਦੇ ਨੇ ਨੇੜੇ ਨਹੀਂ ਆਉਣ ਦਿੱਤਾ ਜਾ ਰਿਹਾ ਚੰਨਜੀਤ ਸਿੰਘ ਬਰਾੜ ਨੇ ਬੰਟੀ ਰਮਾਣਾ ਤੇ ਵੱਡੇ ਸਵਾਲ ਚੁੱਕੇ ਪਰ ਬੰਟੀ ਰਮਾਣਾ ਨੇ ਅੱਜ ਸਾਰੇ ਸਵਾਲਾਂ ਦਾ ਖੁੱਲ ਕੇ ਜਵਾਬ ਦਿੱਤਾ ਔਰ ਸਾਫ਼ ਤੌਰ ਤੇ ਕਹਿੰਦੇ ਨੇ ਕਿ ਕੱਲ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ ਅੱਜ ਵੀ ਆ ਤੇ ਕੱਲ ਵੀ ਹਾਂ ਔਰ ਸਾਰੇ ਸਵਾਲਾਂ ਦੇ ਜਿਹੜੇ ਸਵਾਲ ਇਹਨਾਂ ਚੁੱਕੇਗੇ ਉਹਨਾਂ ਦੇ ਜਵਾਬ ਵਿੱਚ ਕਹਿੰਦੇ ਨੇ ਕਿ ਹਰਾਨੀ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਕਿਉਂ ਪੈਦਾ ਹੁੰਦੀ ਹੈ ਪਰ ਖੈਰ ਸੁਭੀਸ਼ ਸਿੰਘ ਬਾਦਲ ਕਹਿੰਦੇ ਨੇ ਕਿ ਪ੍ਰਧਾਨ ਕਾਮਯਾਬ ਪ੍ਰਧਾਨ ਨੇ ਔਰ ਉਹੀ ਪ੍ਰਧਾਨ ਬਣੇ ਰਹਿਣੇ ਚਾਹੀਦੇ ਨੇ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾ న్యూਸ 18 ਚੰਡੀਗੜ੍ਹ